ਅੱਛੀ ਗੱਲ ਦੋਸਤੋ ਇੱਕ ਉਮੀਦ ਸੰਸਤਾ ਤੋਂ ਜਦੋਂ ਵੀਰ ਗੁਰਿੰਦਰ ਬਾਠ ਨੇ ਇੱਕ ਸਿੱਖ ਪਰਿਵਾਰ ਦੇ ਘਰ ਛਾਪਾ ਮਾਰਿਆ ਆਪਣੀ ਟੀਮ ਦੇ ਨਾਲ ਕਿਉਂਕਿ ਇਸ ਪਰਿਵਾਰ ਬਾਰੇ ਉਹਨਾਂ ਨੂੰ ਕਾਫੀ ਜਲਦੀ ਦੇਰ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਤਾਂ ਉੱਥੇ ਦਾ ਜੋ ਮੰਜ਼ਰ ਸੀ ਜੋ ਸੀਨ ਸੀ ਉਹ ਦੇਖ ਕੇ ਇਹ ਵੀ ਹੈਰਾਨ ਰਹਿ ਗਏ ਕਿ ਕਿਸ ਤਰ੍ਹਾਂ ਇੱਕ ਸਿੱਖ ਪਰਿਵਾਰ ਪੰਜ ਲੋਕਾਂ ਦੇ ਨਾਲ ਕਿੰਨਾ ਅਤਿਆਚਾਰ ਕਰਦਾ ਹੈ ਕਿੰਨਾ ਗੰਦੀ ਜ਼ਿੰਦਗੀ ਇਹਨਾਂ ਲੋਕਾਂ ਦੀ ਕਰ ਦਿੱਤੀ ਗਈ ਹੈ ਇਸ ਸਿੱਖ ਪਰਿਵਾਰ ਵੱਲੋਂ ਇਹਨਾਂ ਨੂੰ ਸਿੱਖ ਵੀ ਨਹੀਂ ਕਹਿ ਸਕਦੇ ਕਿਉਂਕਿ ਸਿੱਖੀ ਦਾ ਜੋ ਫਲਸਫਾ ਹੈ ਉਹ ਦੂਜਿਆਂ ਦੀ ਮਦਦ ਕਰਨਾ ਹੈ ਦੂਜਿਆਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਸਿੱਖ ਹੁੰਦੇ ਨੇ ਪਰ ਇਹੇ ਲੋਕਾਂ ਨੂੰ ਤਾਂ ਇਹ ਸ਼ਬਦ ਵੀ ਆਪਾਂ ਨਹੀਂ ਕਹਿ ਸਕਦੇ ਸੋ ਦੇਖੋ ਤੁਸੀਂ ਇਹ ਪੂਰੀ ਵੀਡੀਓ ਜੋ ਕਿ ਤੁਹਾਡੇ ਵੀ ਰਾਉਂਡ ਤੇ ਖੜੇ ਕਰ ਦਵੇਗੀ ਅਤੇ ਤੁਸੀਂ ਦੇਖੋਗੇ ਕਿ ਤੁਹਾਡੇ ਆਲੇ-ਦੁਆਲੇ ਤੇ ਇਸ ਸਮਾਜ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਨੇ ਜਿੱਥੇ ਵਧੀਆ ਤੋਂ ਵਧੀਆ ਲੋਕ ਵੀ ਨੇ ਤਾਂ ਉੱਥੇ ਕੁਝ ਘਟਿਆ ਤੇ ਗਲਤ ਸੋਚ ਵਾਲੇ ਲੋਕ ਵੀ ਨੇ ਸੋ ਆਓ ਦੇਖੋ ਇਹ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਦੇ ਲਈ ਲਿਮਟਿਡ ਗਿਆਨ ਦੇ ਨਾਲ ਬਣੇ ਰਹਿਣਾ ਤੇ ਨਵੇਂ ਦੋਸਤ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤੇ ਅਜਿਹੀਆਂ ਖਾਸ ਵੀਡੀਓਜ਼ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਕਿੰਨੇ ਬੰਦੇ ਆ ਓ ਵਾਈ ਗੁਰੂ ਆਹ ਆ ਵੇਖਿਆ ਆ ਤਾਂ ਬਾਈ ਆਹ ਬੰਦੇ ਚਾਰ ਆਹ ਦੇਖੋ ਬਾਈ ਇਹ ਤਾਂ ਪ੍ਰੇਖਾ ਪਈਦਾ ਸਾਡਾ ਪੰਜਾਬ ਤਾਂ ਨਹੀਂ ਲੱਗਦਾ ਏ ਕਿ ਜਿਹੜੇ ਪੰਜਾਬ ਦੇ ਵਿੱਚ ਤੁਸੀਂ 1 2 3 4 5 ਬੰਦੇ ਇੱਕੋ ਘਰ ਦੇ ਵਿੱਚ ਬਾਈ ਨਾਮ ਪਤਾ ਏ ਬੋਲ ਤੇ ਕੋ ਦੱਸ ਦੇ ਆ ਦੋ ਬੰਦੇ ਹਾਂ ਸਾਰਾ ਮੈਂ ਦੱਸੀ ਜਾਂਦੇ گا گاਉਂ ਬਤਾ ਆਪਣਾ ਜੱਟਪੁਰ ਜੱਟ ਹੂੰ گاਉਂ ਜੱਟਪੁਰ ਹੈ ਪਰਿਵਾਰ ਮੇਂ ਕੌਣ ਕੌਣ ਹੈ ਤੇਰੇ ਹੈ ਪਰਿਵਾਰ ਮੇਂ परिवार में हम नमल है अंदर नमल है पता नहीं है ना। कितने साल हो गए जहाँ आए हुए अभी अभी हमारे कम से कम दो साल हो गए थे दो साल कैसे आया जहाँ पे ना अपने मन से आली है मन से आली है नहीं जहाँ कैसे आया कौन लेकर आया जहाँ पे वो सही है पता है अकबर अकबर में रैली ना अति में ਚਲਾ ਲਈ ਸਾਰਿਆਂ ਦੇ ਦੱਸਣਗੇ ਹੌਲੀ ਹੌਲੀ ਆ ਇੱਕ ਦੋ ਕਿੰਨੇ ਬੰਦੇ ਸੀ ਇਨਾਂ ਕੋਲੇ ਇਨਾਂ ਕੋਲੇ ਦੋ ਬੰਦੇ ਹੋਰ ਆ ਬਾਈ ਦੋ ਬੰਦੇ ਹੋਰ 6 ਦਾ ਮਸ਼ੀਨ 6 ਬੰਦੇ ਮਸ਼ੀਨ ਚੱਲਦੀ ਉੱਥੇ ਆ ਮਸ਼ੀਨ ਛੱਡ ਕੇ ਦੋ ਨਾਲ ਦੇ ਘਰਦੇ ਇਨਾਂ ਦੇ ਚਾਰ ਬੰਦੇ ਤਾਂ ਇਨਾਂ ਦੇ ਆ ਅੱਛਾ ਹਾਂ ਸਾਡੇ ਚਾਰ ਨਹੀਂ ਤਿੰਨ ਕਿੰਨੇ ਤਿੰਨ ਹੀ ਤਿੰਨ ਥੋੜੇ ਪੰਜ ਬੰਦੇ ਉਹ ਥੋੜੇ ਸਕੇ ਆ ਹੈ ਚਾਚਾ ਜੀ ਥੋੜੇ ਕੋਈ ਉਹ ਬਾਪੂ ਕੀ ਹਾਲ ਬਾਪੂ ਠੀਕ ਹੈ ਕੀ ਨਾਮ ਹੈ नाम पता है गलियाम बापू की हाल है ठीक है घर जाना है परिवार के पास परिवार परिवार के पास जाना है कहाँ पे है परिवार उधर देख के कर तेरा परिवार वीडियो देख रहा है परिवार कहाँ पे है कौन सा गाँव ਇਹ ਤਾਂ ਜਦੋਂ ਬਾਈ ਹਲੇ ਨਾ ਇਹ ਡਰੇ ਵੀ ਆ ਜਦੋਂ ਇਹਨਾਂ ਨੂੰ ਅਸੀਂ ਲੈ ਕੇ ਜਾਵਾਂਗੇ ਦੋ ਘੰਟਿਆਂ ਦੇ ਵਿੱਚ ਨਾ ਬੰਦੇ ਐਡਰੈਸ ਦੱਸ ਦੇਣਗੇ ਪਰ ਦੁੱਖ ਦੀ ਗੱਲ ਇਹ ਆ ਕਿ ਅਸੀਂ ਪੰਜਾਬੀ ਅਸੀਂ ਸਰਕਾਰਾਂ ਤੇ ਬਹੁਤ ਤੌਮਤ ਲਾਉਂਦੇ ਆ ਕਿ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਉਹਨਾਂ ਨੇ ਤਾਂ ਕਰਨਾ ਹੀ ਆ ਬਾਈ ਉਹ ਤਾਂ ਸਾਡੇ ਪਹਿਲੇ ਦਿਨ ਤੋਂ ਹੀ ਸੈਂਟਰ ਸਾਡੀ ਬਣੀ ਨਹੀਂ ਪਰ ਜਿਹੜੇ ਸਾਡੇ ਬੰਦੇ ਬਾਈ ਅਸੀਂ ਇਹਨਾਂ ਬੰਦਿਆਂ ਨਾਲ ਕਿੰਨਾ ਕ ਇਨਸਾਫ ਕਰ ਰਹੇ ਆ ਇਹ ਸਰਕਾਰਾਂ ਸਾਡੇ ਨਾਲ ਧੱਕੇ ਕਰਦੀਆਂ ਤਾਂ ਆਜ਼ਾਦ ਦੇਸ਼ ਹੋ ਇਹਨੂੰ ਕਿੰਨੇ ਸਾਲ ਹੋ ਗਏ ਦੇਸ਼ ਆਜ਼ਾਦ ਹੋਇਆ ਇਹ ਬੰਦੇ ਅੱਜ ਵੀ ਆਜ਼ਾਦ ਭਾਰਤ ਦੇ ਵਿੱਚ ਗੁਲਾਮੀ ਘਟ ਰਹੇ ਆ ਇੱਕ ਬੰਦਾ ਨੇ ਕਿੰਨੇ ਨਰਦਈ ਹੋ ਗਏ ਕਿੰਨੇ ਲੋਕ ਇਹ ਕਹਿ ਲੋ ਇੱਕ ਇਨਸਾਨੀਅਤ ਭੁੱਲ ਚੁੱਕੇ ਆ ਕਿ ਇੱਕ ਦੋ ਚਾਚੇ ਤਾਏ 5 5 6 6 ਬੰਦੇ ਰੱਖੀ ਬੈਠੇ ਆ ਇਹ ਸਾਡਾ ਪੰਜਾਬ ਨਹੀਂ ਹੋ ਸਕਦਾ ਜਾਂ ਫਿਰ ਇਹ ਬੰਦੇ ਪੰਜਾਬ ਚ ਜੰਮ ਜ਼ਰੂਰ ਪਏ ਆ ਪਰ ਇਹ ਪੰਜਾਬੀ ਨਹੀਂ ਬਾਈ ਕਿਉਂਕਿ ਪੰਜਾਬੀ ਦਾ ਲੋਕਾਂ ਦੀ ਇੱਜ਼ਤਾਂ ਬਚਾਉਂਦੇ ਆ ਨਾਗੇ ਕਿਸੇ ਦੇ ਧੀਆਂ ਪੁੱਤਾਂ ਨੂੰ ਬਜ਼ੁਰਗ ਦੀ ਉਮਰ ਦੇਖੋ ਬਾਪੂ ਦੀ ਜਦੋਂ ਘਰ ਚੋਂ ਨਿਕਲਿਆ ਹੋਊਗਾ ਜਵਾਨ ਹੋਊਗਾ ਥੀਨ ਚੱਲੀ ਜਾਂਦੀ ਹੈ ਬਾਈ ਉੱਥੇ ਦੋ ਬੰਦੇ ਹੋਰ ਆ ਅੱਛਾ ਗਿਆ ਬੰਦਾ ਕੋਈ ਨਹੀਂ ਉਹ ਨਾਲ ਦੇ ਘਰ ਵਾਲਿਆਂ ਚ ਨਾ ਆ ਬਾਪੂ ਮਿਲਿਆ ਉਹਦੀ ਇੱਕ ਬੰਦਾ ਸਾਡਾ ਖੇਤ ਆ ਇਹਨੂੰ ਪੁੱਛਿਆ ਦੱਸਦਾ ਇਹ ਸਾਰਾ ਕੁਝ ਦੱਸਦਾ ਯਾਰ ਨਾਮ ਕਹੇ ਤੇਰਾ ਮਕਮ ਤੁਲਾ ਬਾਦ ਇੱਧਰ ਦੇਖ ਇੱਧਰ ਦੇਖ ਨਾਮ ਬਤਾ ਆਪਣਾ ਪਰਿਵਾਰ ਮੇ ਜਾਣਾ ਹੈ ਘਰ ਜਾਣਾ ਹੈ ਕਹਾਂ ਪੇ ਹੈ ਘਰ के दिल्ली के पास है। कौन सा गाँव है बाद दिल्ली ही, में हाँ। कितने भाई बहन हो आप? बे, तीन बहन हाँ। कितने भाई? चार भाई यहाँ आए हुए कितने साल हो गए कैसे आया जहाँ पे गाड़ी में आया जहाँ कौन लेकर आया इस घर में पैदल आया तू तो जहाँ किसने पकड़ा जहाँ पे मारते हैं तुझे मारती है। कौन मारता है डरना नहीं है अब तेरा परिवार भी तुझे लेने आपको घर भी पहुंचाएंगे डरना नहीं है बिल्कुल भी हम तेरे साथ हैं तुझे लेने आए हैं घर जाना है ना तुझे घर लेकर जाएंगे सभी को एक को जिन्हें इतने पांच छह सात खड़े हैं सभी को लेकर जाएंगे ਉਬਤਾ ਮਾਰਤੇ ਆ ਤੇਰੇ ਕੋ ਮਾਰਦੇ ਮਾਰਤੇ ਕਿਉਂ ਐ ਮਾਰਦੇ ਮਾਲਿਕ ਨੂੰ ਮਾਰਦਾ ਡੰਡਾ ਡੰਡਾ ਮਾਰਦਾ ਡੰਡਾ ਕੋਣ ਐ ਮਾਲਿਕ ਤੇਰਾ ਕੋਣ ਐ ਕੋਣ ਮਾਲਿਕ ਐ ਤੁਸੀਂ ਆ ਬਈ ਮਾਰਦੇ ਕਿਉਂ ਆ ਮਾਰਤਾ ਐ ਜੀ ਬਾਈ ਸਰਦਾਰ ਮਾਰਤਾ ਐ ਕਹਾਂ ਮਾਰਾਤਾ ਆ ਦੇਖ ਚੋੜਤਾ ਨਹੀਂ ਨਾ ਬੋਲ ਸਕਦਾ ਜਾਂ ਤਾਂ ਕਹੋ ਬਾਈ ਨਹੀਂ 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 ਬਾਈ ਆਹੋ ਪਰ ਮਾਰ ਆ ਠੇਕੇਦਾਰ ਸਾਡੇ ਕੰਮ ਕਰ ਰੋਜ ਆਉਂਦਾ ਮੈਂ ਕਿੰਨੇ ਬੰਦੇ ਰੱਖੇ ਤੁਸੀਂ ਬਸ ਇਹੀ ਤਿੰਨੇ ਆ ਤਿੰਨ ਹਾਂ ਡੇਢ ਕਿ ਮਹੀਨਾ ਇਹਨੂੰ ਡੇਢ ਡੇਢ ਮਹੀਨਾ ਹੋ ਗਿਆ ਦੂਜੇ ਕਿਹੜੇ ਕਿਹੜੇ ਆ ਇਹਨੂੰ 2 ਸਾਲ ਹੋਏ ਆ ਇਹਨੂੰ ਇਹਨੂੰ ਕਿਹੜੇ ਨੂੰ ਲਾਲਸ਼ਾਲ ਟਾਲਾ 2 ਸਾਲ ਦੂਸਰਾ ਦੂਸਰਾ ਹੋ ਗਿਆ ਡੇਢ ਸਾਲ ਉਹਨੂੰ ਹੋਇਆ ਡੇਢ ਸਾਲ ਹੋ ਗਿਆ ਭਾਈ ਬੇਨਤੀ ਆ ਹੱਥ ਜੋੜ ਕੇ ਇਹ ਵੀਡੀਓ ਜਿੰਨੀ ਹੋਊਗੀ ਅੱਗੇ ਤੋਂ ਅੱਗੇ ਸ਼ੇਅਰ ਕਰੀ ਜਾਇਓ ਦੇਖੀ ਜਾਇਓ ਕਿਉਂਕਿ ਹੁਣ ਸਾਡੇ ਕੋਲੇ ਅੱਜ ਇੱਥੇ ਅਸੀਂ ਆਏ ਸੀਗੇ ਪਿੰਡ ਜਗਤਪੁਰਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਕਿਹੜੀ ਆ ਤਰਨਤਾਰਨ ਤਰਨਤਾਰਨੀ ਤਹਿਸੀਲ ਆ ਤਰਨਤਾਰਨੀ ਜ਼ਿਲ੍ਹਾ ਇਹ ਜਗਤਪੁਰਾ ਪਿੰਡ ਆ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਇਹ ਵੀ ਬਾਈ ਹੁਣੇ ਰੋਜ਼ ਗੁਰੂ ਘਰ ਜਾਂਦੇ ਹੁਣੇ ਆ ਪਰ ਉਹ ਗੁਰੂ ਦਾ ਅਸੀਂ ਪਹਿਰਾਵਾ ਸਿਰਫ ਪਾਇਆ ਵਾ ਜਿਹੜੇ ਗੁਰੂ ਨੇ ਸਾਡੀ ਨੇ ਸੋਚ ਦਿੱਤੀ ਆ ਨਾ ਅਸੀਂ ਉਹਨੂੰ ਨਹੀਂ ਫੋਲੋ ਕੀਤਾ ਬਾਈ ਸਿਰਫ ਅਸੀਂ ਅੱਜ ਦੇ ਟਾਈਮ 'ਚ ਰੱਬ ਨੂੰ ਇੱਕ ਨਾਮ ਲਈ ਮੰਨ ਰਹੇ ਆ ਜੀ ਇੱਕ ਬੰਦਾ ਨਹੀਂ 4 4 5 5 6 6 ਬੰਦੇ ਇੱਕ ਇੱਕ ਘਰਾਂ 'ਚ ਰੱਖੀ ਬੈਠੇ ਆ ਬਾਈ 60 60 ਪਸ਼ੂਆ ਘਰਾਂ ਦੇ ਵਿੱਚ ਆ ਇੱਕ ਬੰਦਾ ਤੁਸੀਂ ਦੇਖੋ ਤਾਂ ਸਹੀ ਬੰਦੇ ਇਹ ਤਾਂ ਜਾਨਵਰਾ ਵਾਂਗੂ ਆਪਾਂ ਰੱਖੇ ਆ ਕੋਈ ਨਾ ਦੇ ਜਾਉਨੇ ਔਰ ਇਹਨਾਂ ਨਾਲ ਕੀ ਹੁੰਦਾ ਵਾ ਇਹ ਬੰਦਿਆਂ ਨਾਲ ਜਾਨਵਰਾ ਨਾਲ ਉਹ ਵੀ ਮਾੜਾ ਹਾਲ ਹੁੰਦਾ ਇਹ ਬੰਦੇ ਨਹੀਂ ਗੇ ਹੈ ਪ੍ਰਮਾਤਮਾ ਨੇ ਇਹਨਾਂ ਨੂੰ ਇਨਸਾਨ ਬਣਾ ਕੇ ਭੇਜਿਆ ਪਰ ਜਿਹੜੇ ਇਦਾਂ ਦੇ ਬਾਈ ਆ ਕਸਾਈ ਇਹਨਾਂ ਨੇ ਇਹਨਾਂ ਨੂੰ ਜਾਨਵਰ ਬਣਾਤਾ ਜਾਨਵਰ ਕਿਵੇਂ ਬਣਾਤਾ ਜਾਨਵਰ ਕਿਵੇਂ ਬਣਾਤਾ ਸਾਡਾ ਪਸ਼ੂ ਸਾਡੇ ਲੋਕੀ ਕੀ ਕਰਦੇ ਆ ਜਦੋਂ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦੇ ਆ ਜਾਂ ਭੱਜ ਜਾਂਦੇ ਆ ਦੁੱਧ ਤੋਂ ਤਾਂ ਬਾਹਰ ਛੱਡ ਦਿੰਦੇ ਆ گاਵਾਂ ਨੂੰ ਤਾਂ ਉਹੀ ਹਾਲ ਇਹਨਾਂ ਲੋਕਾਂ ਦਾ ਵਿਚਾਰਿਆਂ ਦਾ ਜਦੋਂ ਇਹ ਬੁੜੇ ਹੋ ਜਾਂਦੇ ਆ ਤਾਂ ਬਾਹਰ ਕਿਤੇ ਲਾ ਹੁੰਦੇ ਆ ਕਿੱਥੇ ਬਈ ਸੌਂਦੇ ਕਿੱਥੇ ਆ ਰਾਤ ਨੂੰ ਬੰਦੇ ਦਿਖਾਓ ਆਜੋ ਆਪੇ ਘਰ ਜਾਣਾ ਹੈ ਤੁਸੀਂ ਕਹਿੰਦੇ ਰੋ ਕਿਉਂ ਰਹਾ ਹੈ ਨਹੀਂ ਮੈਂ ਮੇਰੇ ਮਾਂ ਮੇਰੀ ਪਿਛੜੀ ਮੈਂ ਕਾ ਕਰੀ ਤੇ ਨਾ ਮਾਂ ਮੇਰੀ ਮਰ ਗਈ ਯਾਰ ਇਹ ਕਹਿੰਦਾ ਮੇਰੀ ਮਾਂ ਮਰ ਗਈ ਤੇ ਮੈਨੂੰ ਜਾਨ ਨਹੀਂ ਦਿੱਤਾ ਹੂੰ ਤੂੰ ਜਾਣਾ ਚਾਹਤਾ ਥਾ ਆਪਰ ਜਾਣਾ ਗ ਜਾਣਾ ਤੇਰੇ ਕੋ ਮਾਰਤੇ ਸੀ ਸੱਚ ਸੱਚ ਬਤਾਨਾ ਤੇਰੇ ਕੋ ਮਾਰਤੇ ਥੇ ਮੈਂ ਤਾਂ ਨਮ ਨਮ ਨਮਾ ਦਾ ਕਹਾਂ ਮਾਰਾ ਕੀ ਆ ਬਾਕਮਾ ਕੁਆਡੋ ਕਿਸ ਕਿਸ ਚੀਜ਼ੇ ਪੂਰੇ ਨੋਈਏ ਸਰੀਏ ਸਰੀਏ ਮੁਸਰੀਏ ਸਰੀਏ 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 ਮਸ਼ੀਨ ਸਰੀਏ ਮਸ਼ੀਨ ਸਰੀਏ ਮਾਰਿਆ ਤੇ ਰਹੇ ਥੇ ਹੋਰ ਬਹੀ ਨਾ ਪੁਸ਼ਪ ਮਾਰਦਾ ਸੀ ਮਾਰਦਾ ਕੌਣ ਹੁੰਦਾ ਹੈ ਆ ਸਦਾ ਹੀ ਸਦਾ ਮਾਰਦਾ ਆ ਜਾ ਬਹੁਤ ਕੰਮ ਕਰ ਲਿਆ ਖੁਸ਼ ਹੈ ਦੇਖੋ ਖੁਸ਼ੀ ਚਿਹਰੇ ਦੀ ਉਹਦੀ ਖੁਸ਼ ਹੈ ਘਰ ਜਾਣਾ ਹੈ ਨਾ ਜੇ ਘਰਨੀ ਹੈ ਤੇਰਾ ਨਾ 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 ਆਪੀਏ ਘਰ ਜੇ ਘਰਨੀ ਹੈ ਤੇਰਾ ਜੇ ਤੇਰੇ ਨਹੀਂ ਨਾ ਹੋਏ ਤੂੰ ਤੋਂ ਇਨਕਾ ਹੋ ਗਿਆ ਆ ਬੱਲੇ 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 ਆਜੋ ਕਹਾਂ ਪੇ ਕੰਮ ਕਰਤੇ ਸੇ ਇੱਥੇ ਕੰਮ ਕਰਤੇ ਹੈ ਹਾਂ ਇਹ ਗੁੱਬੜ ਕੱਟੇ ਹੈ ਹੈ ਇਹ ਗੁੱਬੜ ਕੱਟੇ ਹੈ ਸਾਰਾ ਗੋਬਰ ਉਹਨਾਂ ਦੇ ਹੁਣ ਤਾਂ ਬਾਪੂ ਚਲੋ ਮੱਝ ਖੋਲਣ ਲੱਪਿਆ ਚਲੋ ਸ਼ੁਕਰ ਫੇਰ ਵੀ ਖੋਲੀ ਤਾਂ ਸਹੀ ਪਰ ਅੱਜ ਤੋਂ ਪਹਿਲਾਂ ਤਾਂ ਹੁਣ ਪਤਾ ਲੱਗੂਗਾ ਜਦੋਂ 50 60 ਮੱਝਾਂ ਦਾ ਗੋਹਾ ਆਪ ਨੂੰ ਚੱਕਣਾ ਪਿਆ ਔਰ ਉਸ ਤੋਂ ਪਹਿਲਾਂ ਤਾਂ ਚਾਰ ਚਾਰ ਬੰਦੇ ਬਾਪੂ ਬਹੁਤ ਦੁੱਖ ਦੀ ਗੱਲ ਦੁੱਖ ਦੀ ਗੱਲ ਆ ਬੰਦੇ ਆ ਤੇਰੀ ਗੱਲ ਕਿਉਂ ਆਪਾਂ ਇਹ ਜ਼ੁਲਮ ਕਰ ਰਹੇ ਆ ਇਹ ਜ਼ੁਲਮ ਨਹੀਂ ਕੋਈ ਵੀ ਕਰੰਡੇ ਉਹ ਆਪਣੀ ਕਿਸਮਤ ਖਾਂਡੇ ਚ ਉਹਨਾਂ ਦਾ ਅੱਛਾ ਹੁਣ ਮੇਰੀ ਗੱਲ ਸੁਣੋ ਜੇ ਤੁਹਾਡਾ ਬੱਚਾ ਹੁਣ ਮੈਂ ਲੈ ਜਾਂ ਤੇ ਮੈਗਮਾ ਇਹ ਤਾਂ ਕਿਸਮਤ ਖਾਊ ਆ ਆਪਦੀ ਦੇ ਦੋਗੇ ਦਾਣਾ ਪਾਣੀ ਉਹਨਾਂ ਦਾ ਤੇ ਅਸੀਂ ਉਹ ਖਾਈ ਜਾਂਦੇ ਆ ਅੱਛਾ ਜੀ ਜਿੰਨਾ ਚਿਰ ਉਹ ਜਿੰਦਰਾ ਮੈਂ ਥੋੜਾ ਅੱਜ ਅਜੇ ਨਾ ਚਲੇ ਨਾ ਨਹੀਂ ਨਹੀਂ ਫਿਰ ਮੈਂ ਇੱਥੇ ਤੁਹਾਡਾ ਬੰਦਾ ਚੱਕ ਕੇ ਲੈ ਜਾ ਮੈਂ ਕੋਈ ਇਹਦਾ ਦਾਣੀ ਪਾਣੀ ਲਿਖਿਆ ਨਹੀਂ ਉਹ ਤਾਂ ਗਲਤ ਹੀ ਨਹੀਂ ਫਿਰ ਗਲਤ ਤਾਂ ਫਿਰ ਇਹ ਵੀ ਗਲਤ ਆ ਨਾ ਸਾਨੂੰ ਆਉਣ ਦੀ ਕਿਉਂ ਲੋੜ ਪਈ ਸਾਨੂੰ ਕਿਸੇ ਨੇ ਇੱਥੇ ਵੀਡੀਓ ਭੇਜੀਆਂ ਤਾਂ ਅਸੀਂ ਇੱਥੇ ਆਏ ਪਿਛਲੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਵੀਡੀਓ ਆ ਰਹੀਆਂ ਸਾਨੂੰ ਅਸੀਂ ਆਉਂਦੇ ਨਹੀਂ ਸੀ ਸਾਨੂੰ ਆਪ ਨੂੰ ਸ਼ਰਮ ਆਉਂਦੀ ਆ ਕੇ ਯਾਰ ਆਪਾਂ ਸਰਦਾਰ ਹੋ ਕੇ ਸਾਡੇ ਸਰਦਾਰ ਤਾਂ ਬਗਾਨਿਆਂ ਦੀ ਅੱਜ ਤੱਕ ਮਚਾਉਂਦੇ ਰਹੇ ਆ ਇੱਥੋਂ 4 ਕਿਲੋਮੀਟਰ ਤੋਂ ਬਾਈ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਘਰ ਪਰ ਇਹਨਾਂ ਲੋਕਾਂ ਨੂੰ ਰੱਬ ਦਾ ਡਰ ਹੈ ਜੇ ਰੱਬ ਦਾ ਡਰ ਹੋਵੇ ਬਾਈ ਅਸੀਂ ਕੁੱਤੇ ਦੇ ਡਾਂਗ ਮਾਰਨ ਲੱਗੇ ਵੀ ਸਾਨੂੰ ਡਰ ਲੱਗਦਾ ਬਣ ਪਸ਼ੂ ਤਾਂ ਦੇਖੋ ਔਰ ਕਿੰਨਾ ਇਹਨਾਂ ਪਸ਼ੂਆਂ ਤੋਂ ਇਹਨਾਂ ਨੂੰ ਲਾਸ਼ ਤੇ ਕੀ ਜੁੜਿਆ ਹੋਊਗਾ ਜਿੱਥੇ ਕਮਰਾ ਕਿਹੜਾ ਬਾਪੂ ਇਹਨਾਂ ਨੂੰ ਦਿੱਤਾ ਜਿਹੜਾ ਕਮਰਾ ਨਹੀਂ ਆ ਇਹਨਾਂ ਕੋਈ ਵੀ ਕੋਈ ਕਮਰਾ ਨਹੀਂ ਦਿੱਤਾ ਇੱਥੇ ਬਰਾਂਡੇ 'ਚ ਸੁਣਦੇ ਆ ਹਾਂ ਅੱਛਾ ਹੂੰ ਜਿੱਤੇ ਨੀ ਕੋ ਕੁੜੀ ਵਾਲੇ ਨੂੰ ਡੰਗਰਾ ਆ ਦੇਖੋ ਬਈ ਪਸ਼ੂਆਂ ਦੇ ਵਿੱਚ ਹੀ ਪਸ਼ੂ ਇਹਨਾਂ ਨੂੰ ਬਣਾਤਾ ਜਦੋਂ ਇਹਨਾਂ ਨੇ ਬਜ਼ੁਰਗਾ ਬਾਪੂ ਦੀ ਉਮਰ ਤੁਸੀਂ ਦੇਖੋ ਬਾਈ ਉਹ ਬਾਪੂ ਦੇ ਹਾਲਾਤ ਤੁਸੀਂ ਦੇਖੋ ਗੋਡਿਆਂ ਦੇ ਵਿੰਗੇ ਹੋ ਗਏ ਗੋਡੇ ਉਹਦੇ ਕੰਮ ਕਰ ਕਰ ਕੇ ਆਪ ਜਗਰ ਜਾਣਾ ਹੈ ਨਾ ਲੈ ਕੇ ਕਿੱਥੋਂ ਆਏ ਬਾਈ ਕਿੱਥੋਂ ਲੈ ਕੇ ਆਏ ਬਾਪੂ ਇਹਨਾਂ ਨੂੰ ਨਹੀਂ ਬਾਈ ਤੁਸੀਂ ਕਿੱਥੋਂ ਆਏ ਆਪੇ ਤਾਂ ਨਹੀਂ ਅੱਜ ਕੱਲ ਆਇਆ ਸੀ ਬਾਈ ਇੱਕ ਕੱਲ ਅੱਛਾ ਮੋੜ ਕਾ ਤੋ ਦਿੱਤਾ ਕੀ ਕਰਨਾ ਯਾਰ ਪਹਿਲੇ ਬਹੁਤ ਹਾਂ ਤੇ ਸੇਵਾ ਉਹਦੀ ਵੀ ਕਰ ਲੈਣੀ ਸੀ ਜਲ ਚਲੀ ਜਾਂਦਾ ਉਹ ਕੀ ਕਰਨਾ ਸੀ ਹੁਣ ਦਵਾਂਗੇ ਇਹਨਾਂ ਦੀਆਂ ਤਨਖਾਹਾਂ ਜਿੰਨਾ ਟਾਈਮ ਰੱਖੇ ਕੈਮਰੇ ਚ ਮੰਨੇ ਸੀ ਕਿੰਨੇ ਜਿੰਨਾ ਦਾ ਹਾਂ ਤੇ ਸੇਵਾਨ ਉਹ ਤਾਂ 10 ਸਿੱਧਾ ਕਲੀਅਰ ਆਪਾਂ ਗੱਲ ਕਰੀਏ ਉਹ ਤਾਂ 10 ਦੋ ਬੰਦੇ ਦਾ ਪੰਗਾ ਉਹ ਜਿਹੜੇ ਇੱਕ ਮਸ਼ੀਨ ਤੇ ਆਏ ਦੋ ਤਾਂ ਲਿਆ ਦਿਓ ਹਾਂ ਦੋ ਬੰਦੇ ਆਪਾਂ ਮੈਨੂੰ ਇਹਨਾਂ ਦਾ ਭਾਈ ਉਹ ਵੀ ਮੜਾ ਉਹ ਤਾਂ ਫਿਰ ਉਹਨਾਂ ਦਾ ਨਾ ਉਹਨਾਂ ਨੂੰ ਬੈਹਜੋ ਆਹ ਦੇਖੋ ਯਾਰ ਉਰੇ ਇਹਦੀ ਬਾਪੂ ਅੱਜ ਇਹ ਬੰਦਾ ਬਜ਼ੁਰਗ ਹੋ ਜਾ ਵਰਗਾ ਤਾਂ ਹੋਇਆ ਬਈ ਆ ਬਾਈ ਕੱਲ ਨੂੰ ਇਹਦਾ ਮਨ ਲੋ ਬਿਮਾਰ ਹੋ ਜਾ ਆਪਾਂ ਸੇਵਾ ਕਰਨੀ ਸੀ ਇਹਦੀ ਸੈਟ ਦੇਣਾ ਸੀ ਕਿੱਥੇ ਹਾਂ ਇਹਦਾ ਹੁਣ 1 ਗ੍ਰਾਮ ਰਹਿ ਗਿਆ ਸੀ ਹੂੰ ਹੋਏ ਛੇ ਮਿਲਾ ਲਿਆ ਗਿਆ ਲਗਾਉਂਦੇ ਹਾਂ ਹੂੰ ਬੈਠੋ ਬੈਠੋ ਭਾਈ ਬ ਕੋਈ ਨਹੀਂ ਹੂੰ ਨਹੀਂ ਉਹਨੂੰ ਕੁਝ ਲੋਗੇ ਨਹੀਂ ਹੁਣ ਇਹਦਾ ਕੀ ਇਹਦਾ ਆਪਾਂ ਕੀ ਆ ਬੇਚਾਰਾ ਬਾਪੂ ਆ ਬੰਦਾ ਵਿਰਧ ਹੋ ਗਿਆ ਹੈਨਾ ਹੁਣ ਅੱਗੇ ਹੋਰ ਇਹਦੇ ਵਿਚਾਰੇ ਤੋਂ ਕੰਮ ਕਰਨ ਦੇ ਲਾਇਕ ਵੀ ਨਹੀਂ ਨੇ ਰਹਿਣਾ ਸੀ ਔਰ ਇੰਨਾ ਬੰਦਿਆਂ ਨੂੰ ਆ ਭਾਪ ਦੇ ਵਿੱਚ ਖੜਾ ਲਈਏ ਨਾ ਪਛਾਣ ਲੱਗ ਜੂ ਪਤਾ ਵਾ ਫਰਕ ਕਿੰਨਾ ਕੁ ਲੱਗਦਾ ਕਿ ਇੱਕ ਕੰਮ ਕਰਨ ਵਾਲੇ 'ਚ ਤੇ ਆਪਣੇ 'ਚ ਹੁਣ ਇਹਨੂੰ ਅੱਗੇ ਕੀ ਕਰਨਾ ਸੀਗਾ ਜਦੋਂ ਹੋਰ ਬਿਰਤ ਹੋ ਜਾਂਦਾ ਬਾਈ ਅੱਗੇ ਕੀ ਕਰਨਾ ਸੀ ਇਹਨੂੰ ਕਿਤੇ ਛੱਡ ਆਉਣਾ ਸੀ ਫਿਰ ਹਾਂ ਇੱਥੇ ਰਹਿਣਾ ਸੀ ਤੇ ਇੱਥੇ ਜਦੋਂ ਉਮਰ ਦੇ ਹਿਸਾਬ ਨਾਲ ਸਰ ਦੇ ਸਰਦੇ ਤਾਂ ਹੋਣਾ ਹੀ ਬਾਈ ਇਹਦਾ ਗੋਆ ਸੈਟ ਸੈਟ ਗਿਆ ਤੁਸੀਂ ਸਾਰਿਆਂ ਦੇ ਹਾਲਾਤ ਤਾਂ ਇਹਨਾਂ ਦੇ ਲੈ ਆ ਦੇਖੋ ਸਿਰਾਂ ਦੇ ਵਾਲ ਵੀ ਉੱਡ ਗਏ ਆ ਦੇਖ ਦਿਖਾਰ ਚ ਆ ਕਿੰਨਾ ਜਲਮ ਸਾਡੇ ਪੰਜਾਬ ਦੀ ਧਰਤੀ ਤੇ ਹੋ ਰਿਹਾ ਪੰਜ ਪੰਜ ਬੰਦੇ ਇੱਕੋ ਘਰ ਚ ਰੱਖ ਕੇ ਬਠਲ ਸਿਰ ਤੇ ਚੱਕ ਚੱਕ ਕੇ ਸਿਰਾਂ ਦੇ ਵਾਲ ਉੱਡ ਗਏ ਇੱਕੋ ਹੀ ਹਾਲ ਆ ਸਾਰਿਆਂ ਦੇ ਬਈ ਇਹ ਬੰਦੇ ਨਹੀਂਗੇ ਆਪਣੇ ਲਈ ਤਾਂ ਇਹ ਬੰਦੇ ਹੀ ਆ 84 ਲੱਖ ਜੂਨ ਤੋਂ ਬਾਅਦ ਸਾਨੂੰ ਇਹ ਇਨਸਾਨੀ ਜੀਵਨ ਮਿਲਦਾ ਪਰਮਾਤਮਾ ਭੇਜਦਾ ਪਤਾ ਨਹੀਂ ਕਿੰਨੇ ਔਖੇ ਹੋ ਕੇ 84 ਲੱਖ ਜੂਨ ਕੱਟ ਕੇ ਬੰਦਾ ਇਨਸਾਨੀ ਜੀਵਨ ਚ ਆਉਂਦਾ ਪਰ ਉਹ ਵੀ ਜੂਨ ਤੁਸੀਂ ਇਹਨਾਂ ਲੋਕਾਂ ਨੇ ਇਹਨਾਂ ਦੀ ਖਾਲੀ ਜਿਹੜੀ ਪ੍ਰਮਾਤਮਾ ਨੇ ਇੱਕ ਇਨਸਾਨੀ ਜੂਨ ਦਿੱਤੀ ਕਰਮਾਂ ਦੇ ਨਾਲੇ ਜੂਨ ਮਿਲੀ ਹੋਣੀ ਆ ਇਹਨਾਂ ਦੀ ਜਵਾਨੀ ਵੀ ਗਈ ਬੁਢਾਪਾ ਵੀ ਗਿਆ ਤੇ ਅੱਗੇ ਜਾ ਕੇ ਜਦੋਂ ਬੰਦੇ ਬਜ਼ੁਰਗ ਹੋ ਜਾਂਦੇ ਆ ਕਿਤੇ ਖਾਲੀ ਥਾਂ ਦੇਖਦੇ ਆ ਉੱਥੇ ਬੰਦੇ ਨੂੰ ਜਾ ਕੇ ਸੈੱਟ ਦਿੰਦੇ ਆ ਇਹ ਸਾਡੇ ਪੰਜਾਬ ਦੇ ਹਾਲਾਤ ਹੋ ਰਹੇ ਆ ਇੱਕ ਬੰਦੇ ਦੀ ਗਲਤੀ ਕਰਕੇ ਬਦਨਾਮੀ ਸਾਰਿਆਂ ਦੀ ਸਾਰੇ ਬੰਦੇ ਨਹੀਂ ਮਾੜੇ ਭਾਈ ਆ ਵੀ ਭਾਈ ਸਾਡੇ ਨਾਲ ਕਿੱਧਰ ਗਏ ਭਾਈਓ ਇੱਕ ਬਾਈ ਸਾਡੇ ਨਾਲ ਤਰਨ ਤਰਨ ਤੋਂ ਹੀ ਆ ਜਿਹੜਾ ਸਾਡਾ ਸੇਵਾਦਾਰ ਆ ਔਰ ਥਵੇਰ ਦਾ ਗੱਡੀ ਲੈ ਕੇ ਸਾਡੇ ਨਾਲ ਉਹ ਬੰਦਾ ਤੁਰਿਆ ਫਿਰਦਾ ਉਹ ਵੀ ਮਾਜੇ ਦਾ ਹੀ ਆ ਇਹ ਮਾਜੇ ਦੀ ਧਰਤੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਪਰ ਦੁੱਖ ਹੁੰਦਾ ਸਾਨੂੰ ਜੇ ਤੁਹਾਡੇ ਕੋਲ ਵੀ ਇਦਾਂ ਦਾ ਬਈ ਹੈਗਾ ਨਾ ਸਾਨੂੰ ਨਾ ਨਾ ਬੱਸ ਜੀ ਨਾ 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 ਪਾਣੀ ਪੀ ਕੇ ਆਇਆ ਔਰ ਕਹਿ ਲੋ ਭਾਈ ਅੱਜ ਵਾਹਿਗੁਰੂ ਨੇ ਸਾਡੇ ਤੋਂ ਇਹ ਸੇਵਾ ਲੈਣੀ ਸੀਗੀ ਆਏ ਤਾਂ ਸੀ ਇਹ ਕਿਸੇ ਹੋਰ ਦੇ ਬੰਦੇ ਛਡਾਉਣ ਸੀਗੀ ਉਹ ਬਾਈ ਉਹਨਾਂ ਦਾ ਨਾਲ ਖੇਤ ਸੀਗਾ ਤੇ ਜਦੋਂ ਉੱਥੇ ਦੇਖਿਆ ਕਹਿ ਲੋ ਕਿ ਕਰਮ ਹੁੰਦੇ ਆ ਕਿ ਪ੍ਰਮਾਤਮਾ ਨੇ ਅੱਜ ਇਹਨਾਂ ਨੂੰ ਆਜ਼ਾਦੀ ਦਿਵਾਉਣੀ ਸੀਗੀ ਬੈਲ ਬੈਲ ਪਰਮਾਤਮਾ ਨੇ ਅੱਜ ਆਯਾਦੀ ਦਿਵਾਉਣੀ ਸੀਗੀ ਇਹਨਾਂ ਨੂੰ ਲੈਣ ਅਸੀਂ ਕਿਸੇ ਹੋਰ ਦੇ ਬੰਦੇ ਆਏ ਸੀਗੇ ਔਰ ਜਦੋਂ ਪਤਾ ਲੱਗਿਆ ਉਹਨਾਂ ਦਾ ਇੱਕ ਬੰਦਾ ਖੇਤ ਕੰਮ ਕਰੀ ਜਾਂਦਾ ਤਾਂ ਜਦੋਂ ਸਾਡੇ ਟੀਮ ਇੱਥੇ ਗੱਡੀ ਲੈ ਕੇ ਆਈ ਤਾਂ ਪਤਾ ਲੱਗਿਆ ਕਿ ਸ਼ਰਮਸਾਰ ਇਨਸਾਨੀਅਤ ਹੋ ਰਹੀ ਹੈ ਕਿ ਇੱਕ ਘਰ ਦੇ ਵਿੱਚ 50 60 ਪਸ਼ੂਆਂ ਤੇ ਪੰਜ ਬੰਦੇ ਰੱਖੀ ਬੈਠੇ ਆਪਾਂ ਤਿੰਨ ਬਾਈ ਹੁਣਾਂ ਦੇ ਆ ਦੋ ਚਾਚੇ ਤਾਇਆ ਦੇ ਆ ਪੈਸਿਆਂ ਦੇ ਕੋਈ ਰੱਖਿਆ ਬੰਦਾ ਹੀ ਆਪਣੇ ਹੋਰ ਕੋਈ ਵੀ ਨਹੀਂ ਕੋਈ ਬੰਦਾ ਪੈਸਿਆਂ ਤੇ ਨਹੀਂ ਆ ਪੂਰਾ ਡੈਰੀ ਫਾਰਮ ਖੋਲਿਆ ਵਾ ਉਹ ਦਾ ਖੇਤ ਆਸਤੇ ਆ ਨਾ ਇਹ ਖੇਤ ਥੋੜੀ ਜਾਂਦੇ ਆ ਖੇਤ ਜਾਣ ਕੇ ਤਾਂ ਕੋਈ ਨਾ ਕੋਈ ਵੀਡੀਓ ਬਣਾ ਕੇ ਭੇਜੂਗਾ ਇਹਨਾਂ ਨੂੰ ਤਾਂ ਅੰਦਰੋਂ ਵੀ ਨਿਕਲਣ ਦਿੰਦੇ ਜਾਣਾ ਘਰ ਜਾਣਾ ਜਾਣਾ ਹੈ ਯਾਦ ਆਤੀ ਹੈ ਘਰ ਕੀ ਆਤੀ ਹੈ ਘਰ ਕੀ ਯਾਦ ਜਿਹੜਾ ਘਰ ਹੈ ਨਾ ਜੇ ਘਰ ਹੈ ਕਿੰਨੇ ਸਾਲ ਹੋ ਗਏ ਜਾਂਪੇ ਭਾਵੇਂ ਕਮਚ ਕਾਂ 30 ਸਾਲ ਕਿੰਨੇ ਸਾਲ ਹੋ ਗਏ ਭਾਈ ਇਹਨੂੰ ਕਿਤਨੇ ਸਾਲ ਹੋ ਗਏ ਦੋ ਸਾਲ ਦੋ ਸਾਲ ਬੱਚੀ ਪਿੰਡ ਤੋਂ ਆਇਆ ਹੈ ਇਹ ਟਾਰੀ ਬਾਰਡਰ ਦੇ ਨੇੜੇ ਇੱਕ ਬੱਚੀ ਪਿੰਡ ਪੈਂਦਾ ਭਾਈ ਇਹ ਪਹਿਲਾਂ ਉੱਥੇ ਸੀਗਾ ਬੱਚੀ ਪਿੰਡ ਥਾਣਾ 25 ਮਿੰਟ ਹੈ ਤੇ ਲਿਖੀ ਹੈ ਪਿੰਡ ਤੇ ਸਾਈ ਜਗ੍ਹਾ ਪਰ ਹੈ ਨਾ ਹੈ ਜਗ੍ਹਾ ਪਰ ਅਮਲੀ ਹੈ ਜਾਂ ਪੇ ਆ ਗਿਆ ਬੱਚੀ ਪਿੰਡ ਸੇ ਨਾ ਹੈ ਨਾ ਇਹ ਜਗ੍ਹਾ ਤੇ ਡੰਗੜ ਹੈ ਨਾ ਪਤਾ ਨਹੀਂ ਸਾਡੇ ਲੋਕੀ ਕਿਉਂ ਨਹੀਂ ਸਮਝ ਰਹੇ ਬਾਈ ਵੀਡੀਓ ਵੀ ਦੇਖਦੇ ਆ ਕਿੰਨੀਆਂ ਵੀਡੀਓ ਆਉਂਦੀਆਂ ਸਾਡੀਆਂ ਰੋਜ਼ ਬਹੁਤ ਸੰਸਥਾਵਾਂ ਦੀਆਂ ਆਉਂਦੀਆਂ ਪਰ ਅਸੀਂ ਇੰਨੇ ਜ਼ਿਆਦਾ ਲਾਲਚੀ ਹੋ ਚੁੱਕੇ ਆ ਕਿ ਅਸੀਂ ਕੁਝ ਪੈਸਿਆਂ ਦੇ ਕਰਕੇ ਇਹਨਾਂ ਨੇ 5 ਸਾਲ 10 ਸਾਲ ਤੋ ਇਹ ਬੰਦੇ ਰੱਖੇ ਹੋਣੇ ਕਿੰਨੇ ਕੇ ਪੈਸੇ ਬਚਾ ਲਏ ਹੋਣੇ ਬਾਈ ਕਿੰਨਾ ਬਚਾ ਲਿਆ ਉਧਾ ਲੱਖ 10 ਕਿੱਥੇ 10 ਆਉਂਦਾ ਫਾਇਦਾ ਨਹੀਂ ਹੈ ਨਹੀਂ ਨਹੀਂ ਇਹ ਤਾਂ ਤੁਸੀਂ ਆਹ ਡੈਰੀ ਫਾਰ ਇੰਨੇ 52 ਬੈਠੀਆਂ ਤੇ ਤੁਹਾਨੂੰ ਬਜਦਾ ਹੀ ਆ ਸਾਰਾ ਬਜਦਾ ਕਿਉਂ ਨਹੀਂ ਤੁਹਾਨੂੰ ਬਾਪੂ ਬਜਦਾ ਹੀ ਆ ਦਿਹਾੜੀ ਤਾਂ ਕੋਈ ਦੇ ਨਹੀਂ ਨਹੀਂ ਆਪਾਂ ਪੰਜ ਬੰਦੇ ਆ 10000 ਤੇ ਪਸ਼ੂਆਂ ਤੇ ਇੱਕ ਬੰਦਾ ਨਹੀਂ 15000 ਤੇ ਬੰਦਾ ਨਹੀਂ ਮਿਲਦਾ ਆ 60000 ਦਾ ਤਾਂ ਆਪਾਂ ਨੂੰ ਬੰਦਿਆਂ ਦੇ ਬਚੀ ਜਾਂਦਾ ਆ ਤੁਸੀਂ ਤਾਂ ਮਾਤਾ ਜੀ ਸਾਰਾ ਟੱਬਰ ਕੰਮ ਕਰਦਾ ਆਪਾਂ ਕੰਮ ਕਰਦੇ ਆ ਆਪ ਦਾ ਲੈ ਤੁਸੀਂ ਇਹਨਾਂ ਨੂੰ ਦੋ ਆਪਾਂ ਇੱਥੇ ਲੈ ਜਾਂਦੇ ਆਂ ਨਾਲਵਾਉ ਦਾ ਇੱਕ ਕਿਲਾ ਇਹਨਾਂ ਦੇ ਸਾਰਿਆਂ ਦੇ ਕਿਲਾ ਕਿਲਾ ਜਾਂ ਦਉ ਸਾਰਿਆਂ ਨੂੰ 15-15 ਪਸੂ ਤੇ ਵੀ ਆਪਣਾ ਕੰਮ ਕਰਨਗੇ ਆਪਾਂ ਤਾਂ ਆਪਦਾ ਕੰਮ ਕਰਦੇ ਆ ਪੰਜ ਜਾਨੇ ਇਹ ਬੈਠੇ ਆ ਦੋ ਜਾਨੇ ਗੱਡੀ 'ਚ ਬੈਠੇ ਆ ਬਾਈ ਇੱਕ ਮਿੰਟ ਬਾਈ ਪੰਜ ਹੈ ਬ ਕੋਈ ਨਾ ਬੈਠੇ ਰਹਿੰਦੇ ਪੰਜ ਬੰਦੇ ਇਹ ਬੈਠੇ ਆ ਦੋ ਗੱਡੀ 'ਚ ਬੈਠੇ ਸੱਤ ਦੋ ਬੰਦੇ ਬਾਹਰ ਖੇਤ ਭਜਾਏ ਨੌ ਬੰਦੇ ਇਹ ਤਾਂ ਐ ਲੱਗਦਾ ਕਿਤੇ ਆਪਾਂ ਜਿਹੜਾ ਪਰਾਣਾ ਰਾਜ ਨਹੀਂ ਹੁੰਦਾ ਸੀਗਾ ਗੁਲਾਮੀ ਆਪਾਂ ਕੋਈ ਯਾਦ ਦੇਸ਼ 'ਚ ਥੋੜੀ ਕੋਈ ਬੈਠੇ ਕਿੰਨਾ ਕਿੰਨਾ ਸਾਲ ਹੋ ਗਿਆ ਬੰਦਿਆਂ ਨੂੰ ਰਹਿੰਦਿਆਂ ਨੂੰ ਕਿਉਂਕਿ ਜਦੋਂ ਵੀਡੀਓ ਲੋਕਾਂ ਦੇ ਦੇਖ 10 ਤਾਂ ਦੇਣਾ ਹੀ ਹੁੰਦਾ ਸਾਰਿਆਂ ਨੂੰ ਦੱਸ ਦੇਣ ਹਾਂ ਜਿਹੜਾ ਦੱਸਤਾ ਜਿਹਨੇ ਝੂਠ ਨਾ ਬੋਲਿਓ ਹੁਣ ਮੈਂ ਇਹ ਤਾਂ ਕਹਿਣਾ ਨਹੀਂਗਾ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਿਉਂਕਿ ਜੇ ਰੱਬ ਦਾ ਡਰ ਤਾਂ ਆਪਾਂ ਨੂੰ ਹੈ ਨਹੀਂ ਜੇ ਆਪ ਨੂੰ ਰੱਬ ਦਾ ਡਰ ਹੁੰਦਾ ਤਾਂ ਫਿਰ ਆਪਾਂ ਇਹਨਾਂ ਦਾ ਲਹੂ ਪੀਂਦੇ ਨਾ ਪਾਪ ਇਹ ਨਾ ਕਰਦੇ ਰੱਬ ਤਾਂ ਆਪਾਂ ਨੂੰ ਚੇਤੇ ਹੀ ਨਹੀਂਗਾ ਭਈ ਗਲਤੀ ਤਾਂ ਹੁਣ ਉਹਨਾਂ ਦਾ ਕੌਣ ਪਰੂਗਾ ਮੰਨ ਲਓ ਆਪਾਂ ਇੰਨਾ ਟਾਈਮ ਉਹਨਾਂ ਦਾ ਤਸ਼ੱਦਦ ਕਰਕੇ ਉਹਨਾਂ ਦੀ ਜਵਾਨੀ ਖਾ ਲਈ ਉਹ ਬਾਪੂ ਦਾ ਬੁਢਾਪਾ ਬੁੜਾ ਹੋ ਗਿਆ ਤੁਸੀਂ ਦੇਖੋ ਬੈਠਾ ਵਿਚਾਰਾ ਉਹ ਤਾਂ ਬਾਪੂ ਬੰਦਾ ਕਹਿ ਰਿਹਾ ਮੈਨੂੰ ਮਾਰਦੇ ਵੀ ਰਹੀ ਆ ਉਹ ਬੰਦਾ ਉਹ ਇਧਰ ਆਉਣਾ ਆਉੜਾ ਹਾਂ ਉਹਦਾ ਆਇਆ ਉਹਨੂੰ ਸਾਰੇ 2 ਮਹੀਨੇ ਤੇ 2 ਮਹੀਨੇ ਚ ਆਪਾਂ ਮਾਰ ਨਹੀਂ ਸਕਦੇ ਉਹ ਤਾਂ ਦੱਸ ਉਰੇ ਆ ਆਪਕੇ ਕੰਮ ਕਰੀ ਜਾਂਦਾ ਆ ਰਿਆ ਕਿਸਨੇ ਮਾਰਿਆ ਤਾਂ ਕੌਣ ਮਾਰਤਾ ਹੈ ਕੌਣ ਮਾਰਤਾ ਹੈ ਕਿਹੜਾ ਬਾਪੂ ਸਾਰੇ ਨੂੰ ਆਖੀ ਬਾਪੂ ਹੱਸਣਾ ਨਹੀਂ ਮੈਂ ਪਤਾ ਕੀ ਆ ਉਹ ਵਿਚਾਰਿਆਂ ਤੇ ਆਪਾਂ ਹਾਂ ਪਰ ਆਪਾਂ ਹੱਸਣ ਦਾ ਹੱਕ ਨਹੀਂ ਆਪਣਾ ਮੈਂ ਇਹਨਾਂ ਨੂੰ ਕਦੀ ਨਹੀਂ ਦੂਜੇ ਤੀਜੇ ਦਿਨ ਹੂੰ ਇੱਕ ਇਹ ਤੇ ਕੋ ਹੂੰ ਉਹ ਦੂਜਾ ਵਿਚਾਰਾ ਤੇ ਉਹ ਬੋਲਦਾ ਨਹੀਂ ਉਹਨੂੰ ਤੇ ਦਵਾਂ ਕਿ ਚੀਜ਼ ਤੇ ਖਾ ਲੂ ਨਹੀਂ ਤੇ ਨਹੀਂ ਅੱਛਾ ਉਹ ਬੜਾ ਪਰਲਾ ਉਹਨੇ 25-27 ਦਿਨ ਹੀ ਮਨਾਉਣਾ ਮਾਲਕ ਹੂੰ ਬਾਹਰ ਜਾਓਗੇ ਹੂੰ ਹਾਂ ਕੀ ਬਿਸਕੁਟ ਖਾਣਾ ਹੈ ਹੂੰ ਟੌਫੀ ਖਾਣਾ ਹੈ ਮੈਂ ਜਾਣਾ ਜਦੋਂ ਵੀ ਗਾਰਡੇ ਤੇ ਚਨਾ ਵਾਸਤੇ ਚੰਨ ਬਿਸਕਟਾਂ ਦੇ ਪੈਕਟ ਲੈ ਆਉਣੇ ਤੇ ਨਾਉਣੇ ਆੜ ਦੂਜਾ ਪੱਗ ਜਿਹਨੇ ਪਰਨਾ ਵੱਧਾ ਇਹਨੇ ਤੇ ਜੇ ਤੁਸੀਂ ਮੈਨੂੰ ਕਹਣਾ ਮਾਲਕ ਤੇ ਮੈਨੂੰ ਅੱਬਾ ਕਹਿੰਦਾ ਅੱਬਾ ਬਾਹਰ ਜਾਓਗੇ ਮੈਂ ਕੀ ਕਰਨਾ ਨਮਕੀਨ ਖਾਣਾ ਉਹਦੇ ਕਹਿਣ ਦਿੱਤਾ ਮੈਂ ਫੇਰ ਬਿਸਕਟਾਂ ਜਾ ਇਹਦਾ ਬਾਪੂ ਕੰਮ ਹੀ ਬਹੁਤ ਸੌਖਾ ਕੀ ਆਪ ਨੂੰ ਬਿਸਕਟਾਂ ਤੇ ਮੰਨ ਲਓ ਪਸੂ ਮੰਗਦੇ ਆ ਵਿਚਾਰੇ ਬਈ ਨਹੀਂ ਨਹੀਂ ਬਈ ਉਹ ਕਹਿ ਰਿਹਾ ਨਾ ਹਾਂ ਜੀ ਤਾਂ ਬਾਈ ਹੁਣ ਅਗਲੇ ਕੰਮ ਕਰਦੇ ਆ ਆਪਾਂ ਵਿਹਲੇ ਬੈਠੇ ਨੂੰ ਭੁੱਖ ਲੱਗਦੀ ਆ ਤੇ ਉਹ ਤਾਂ ਵਿਚਾਰੇ ਸਾਰਾ ਦਿਨ ਇਹਨਾਂ ਦੇ ਹਾਲਾਤ ਤਾਂ ਪੈਰਾਂ ਤੇ ਦੇਖੋ ਤੁਸੀਂ ਇਹਨਾਂ ਨੂੰ ਚਲੋ ਜੀ ਲੱਸੀ ਸਭ ਕੋਈ ਦੁੱਧ ਮਿਲਦਾ ਬਈ ਤਾਂ ਫਿਰ ਮਿਲ ਇਹਦਾ ਦਿਨ ਮਿਲੂਗੀ ਅੰਦਰ ਚੀਜ਼ ਜਾਊਗੀ ਖਰਾਕ ਜਾਊਗੀ ਤਾਂ ਕੰਮ ਕਰਨਗੇ ਜੇ ਅੰਦਰ ਹੀ ਨਾ ਉਹਨਾਂ ਦੇ ਕੋਈ ਲੰਘੂਗਾ ਤੇ ਉਹ ਕੰਮ ਕਿੱਥੋਂ ਕਰ ਲੈਣਗੇ ਇੱਕ ਤਾਂ ਆਪਾਂ ਉਹ ਗੁੰਗਾ ਰੱਖੀ ਬੈਠ ਮੈਂ ਕਹਿੰਦਾ ਬਾਈ ਚਾਹੇ ਤੁਸੀਂ ਪਨੀਰ ਨਾਲ ਵੀ ਰੋਟੀ ਦਿੰਦੇ ਹੋਮਗੇ ਨਾ ਫੇਰ ਵੀ ਤੁਸੀਂ ਹੱਕ ਨਹੀਂਗਾ ਆਪ ਨੂੰ ਇਦਾਂ ਰੱਖਣ ਦਾ ਬੰਦਾ ਤੁਸੀਂ ਬਹੁਤ ਸੇਵਾ ਕੀਤੀ ਅਸੀਂ ਕਹਤੋਂ ਕਹਿੰਨੇ ਨਹੀਂ ਨਹੀਂ ਉਹ ਸੇਵਾ ਦਿਸ ਰਹੀ ਹੈ ਉਹਨਾਂ ਦੀ ਵਿਚਾਰਿਆਂ ਦੀ ਹਾਂ ਨਹੀਂ ਕੋਈ ਸੇਵਾ ਕੀਤੀ ਇਹਨਾਂ ਦੀ ਹਾਂ ਅਈਆ ਕਿ ਆਹ ਇਹਨਾਂ ਨੂੰ ਰੋਟੀ ਦਿੰਨੇ ਆਂ ਅਸੀਂ ਔਰ ਸੰਗਤ ਜੀ ਸਭ ਉਹ ਪ੍ਰਮਾਤਮਾ ਕਹਿ ਲੋ ਇਹ ਕਰਮ ਉਹ ਕਰਨ ਵਾਲਾ ਸਭ ਪ੍ਰਮਾਤਮਾ ਵਾ ਕਹਿ ਲੋ ਜਿਸ ਦਿਨ ਤੋਂ ਇਹ ਬੰਦੇ ਇਸ ਘਰ ਦੇ ਵਿੱਚ ਆਏ ਸੀਗੇ ਉਸ ਦਿਨ ਤੋਂ ਪ੍ਰਮਾਤਮਾ ਦੀ ਅਦਾਲਤ ਦੇ ਵਿੱਚ ਜਿਹੜਾ ਇਹਨਾਂ ਦੇ ਇਨਸਾਫ ਦਾ ਪਰਚਾ ਸ਼ੁਰੂ ਹੋ ਗਿਆ ਸੀਗਾ ਤੇ ਉਹ ਪ੍ਰਮਾਤਮਾ ਇਨਸਾਫ ਕਰੂਗਾ ਅਸੀਂ ਤਾਂ ਕੌਣ ਹੁੰਨੇ ਆ ਕਿਸੇ ਨੂੰ ਕੁਝ ਕਹਿਣ ਵਾਲੇ ਜਾਂ ਸਜ਼ਾ ਦੇਣ ਵਾਲੇ ਉਹ ਉੱਪਰ ਅਕਾਲ ਪੁਰਖ ਬੈਠਾ ਜੇ ਆਪਣਾ ਉਸ ਪ੍ਰਮਾਤਮਾ ਤੇ ਵਿਸ਼ਵਾਸ ਹੈ ਬੰਦਾ ਕਿਸੇ ਨਾਲ ਕੋਈ ਗਾਲ ਆਪਾਂ ਕਿਸੇ ਨਾਲ ਲੜ ਲਾਂਗੇ ਝਗੜ ਲਾਂਗੇ ਗਾਲਾ ਕੱਢ ਲਾਂਗੇ ਇਸ ਤੋਂ ਉੱਪਰ ਤਾਂ ਬੰਦਾ ਕੁਝ ਨਹੀਂ ਨਾ ਕਰ ਸਕਦਾ ਪਰ ਉਹ ਪ੍ਰਮਾਤਮਾ ਨਾ ਉਹਦੀ ਚੱਕੀ ਪੀਂਦੀ ਜ਼ਰੂਰ ਹੌਲੀ ਆ ਪਰ ਜਦੋਂ ਪੀਂਦੀ ਉਹ ਪੀੜੀਆਂ ਮਕਾ ਦਿੰਦੀ ਹੈ ਸਾਡੇ ਕੋਲੇ ਬਹੁਤ ਇਦਾਂ ਦੇ ਕੇਸ ਆਏ ਆ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ 40-40 ਸਾਲ ਤੋਂ ਬਾਪੂ ਬੰਦੇ ਰੱਖੇ ਆ ਪਰਸੂਇ ਇੱਕ ਅਸੀਂ ਪਹਿਲਾਂ ਵੀ ਵੀਡੀਓ ਚ ਦੱਸਿਆ ਬੰਦੇ ਦਾ ਐਕਸੀਡੈਂਟ ਹੋ ਗਿਆ ਜਿਹੜੇ ਮਾਲਕ ਨੇ ਰੱਖਿਆ ਸੀ ਸਾਰੀ ਲੱਤ ਪਾੜ ਗਈ ਤੇ ਇਥੋਂ ਹੁਣ ਵੱਢਣਾ ਪੈਣਾ ਪੱਟ ਉਹ ਵਾਏ ਗੁਰੂ ਸਜ਼ਾ ਦਿੰਦਾ ਫਿਰ ਆ ਇੱਕ ਹੋਰ ਇਸ ਪਿੰਡ 'ਚ ਕੇਸ ਆ ਬੰਦੇ ਦੀ ਬਾਹ ਹੀ ਹੈਣੀਗੀ ਟੁੱਟੀ ਬਾਹਨ ਬੰਦੇ ਦੀ ਬਾਹ ਟੁੱਟੀ ਆ ਉਹ ਆ ਗਿਆ ਸੀ ਟੋਕੇ 'ਚ ਬਾਹ ਆ ਗਈ ਔਰ ਨਾ ਉਹਦਾ ਇਲਾਜ ਕਰਾਇਆ ਉਹ ਬਾਹ ਟੁੱਟੀ ਨਾਲ ਹੀ ਸਾਰਾ ਪਸ਼ੂਆਂ ਦਾ ਕੰਮ ਕਰਦਾ ਸਾਰਾ ਖੇਤੀ ਦਾ ਕੰਮ ਕਰਦਾ ਬਾਪੂ ਨੇ ਵੀ ਵੀਡੀਓ ਦੇਖਦੇ ਹੋਣਗੇ ਬਾਈ ਹੁਣੇ ਵੀ ਵੀਡੀਓ ਦੇਖਦੇ ਹੋਣਗੇ ਵੀਡੀਓ ਤਾਂ ਦੇਖਦੇ ਹੋਵੋਗੇ ਬਾਈ ਨਹੀਂ ਪਤਾ ਤਾਂ ਹੈਗਾ ਨਾ ਵੀ ਕਿ ਇਦਾਂ ਪਤਾ ਹੈ ਨਾ ਪਰ ਬਾਈ ਆਪਾਂ ਨੂੰ ਪਤਾ ਕਿ ਉਹਨਾਂ ਜ਼ੁਲਮਾਂ ਜਿਹੜੀ ਕਰਦੇ ਲੋਕ ਜਿੱਦਾਂ ਉਹ ਚੀਜ਼ ਆਪਣੀ ਨਹੀਂ ਨਹੀਂ ਤੁਸੀਂ ਤਾਂ ਬਾਈ ਜਮੇ ਤੁਸੀਂ ਤਾਂ ਕੋਈ ਨਾ ਕੋਈ ਨਾ ਆਜਾ ਆਇਆ ਇੱਕ ਆ ਬੰਦਾ ਆ ਗਿਆ ਆ ਜਾ ਬਾਈ ਕੀ ਆਲਾ ਠੀਕ ਹੈ ਗਰ ਕਾਂ ਪਿਆ ਤੇਰਾ ਨਾ ਨਾ ਕੀ ਆਏ ਤੇਰਾ ਇਹ ਬੰਦੇ ਮਸ਼ੀਨ ਤੇ ਗਏ ਸੀਗਾ ਆ ਤਾਂ ਤੁਸੀਂ ਇਹ ਤਾਂ ਸੇਲ ਲੱਗੀ ਪਲਾਈ ਪਈ ਜਾਂ ਇਨਾਂ ਨੇ ਤਾਂ ਬੰਦਿਆਂ ਦੀ ਇੱਥੇ ਵੇਚੇ ਵੀ ਜਾਂਦੇ ਆ ਬੰਦੇ ਬਾਈ ਆਪਾਂ ਚੀਜ਼ਾਂ ਵੇਚਦੇ ਆ ਨਾ ਦੁਕਾਨਦਾਰੀ ਇਸ ਧਰਤ ਮਾਜੇ ਦੇ ਵਿੱਚ ਇਹ ਦੁਕਾਨਦਾਰੀ ਬੰਦਿਆਂ ਦੀ ਵੀ ਚੱਲਦੀ ਆ ਕਿ 10000 ਉਹ ਬੰਦਾ ਬਾਈ ਅੱਗੇ ਦੱਸਦਾ ਪਿਆ ਸੀਗਾ ਕਹਿੰਦਾ ਮੈਨੂੰ ਫੋਨ ਲਾਇਆ ਸਾਡੇ ਰਿਸ਼ਤੇਦਾਰ ਉਧਰ ਆ 10000 ਰੁਪਇਆ ਕਹਿੰਦਾ ਦੇ ਤੇ ਤੈਨੂੰ ਬੰਦਾ ਦੇ ਦਿੰਨੇ ਆ ਸਾਰੀ ਉਮਰ ਲਈ ਅਪਰਸੋ ਅਸੀਂ ਟਾਰੀ ਆਲ ਗਏ ਉਹਨਾਂ ਦੀ ਆਪਣਾ ਮਾਸੜ ਦੀ ਮੌਤ ਹੋ ਗਈ ਸੀ ਜਿਹੜੇ ਸੰਗਲਾਂ ਨੂੰ ਸੰਗਲਾ ਲਾ ਕੇ ਰੱਖਦੇ ਸੀ ਮਾਸੜ ਦੀ ਮੌਤ ਹੋ ਗਈ ਕਰੇ ਕੰਮ ਕਰਨ ਵਾਲਾ ਕੋਈ ਬੰਦਾ ਨਹੀਂ ਸੀ ਪਸ਼ੂ ਘਰੇ ਸੀਗੇ ਤਾਂ ਟਾਰੀ ਬਾਰਡਰ ਤੇ ਰਿਸ਼ਤੇਦਾਰਾਂ ਨੂੰ ਫੋਨ ਲਾਇਆ ਕਿ ਕੋਈ ਬੰਦਾ ਹੈਗਾ ਤਾਂ ਛੱਡ ਜੋ ਜਿਵੇਂ ਅਸੀਂ ਜਾਨਵਰ ਨੇ ਸੰਗਲ ਤੋਂ ਫੜ ਕੇ ਖੋਲ ਕੇ ਲਿਆਉਣਾ ਹੁੰਦਾ ਕਿ ਚੱਲ ਯਾਰ ਸੰਗਲ ਤੋਂ ਖੋਲਿਆ ਹੁਣ ਇੱਧਰ ਲਿਆਓ ਇੱਥੇ ਤਾਂ ਬੰਦਿਆਂ ਨੂੰ ਜਾਨਵਰ ਸਮਝ ਆ ਜਾਂਦਾ ਇਸ ਧਰਤੀ ਤੇ ਆਪਣਾ ਉਧਰਲਾ ਘਰ ਆ ਕਿੰਨੇ ਸਾਲ ਤੋਂ ਰੱਖੇ ਬੰਦੇ ਨਹੀਂ ਮਹੀਨੇ ਤਾਂ ਨਹੀਂ ਹੋ ਗਏ ਤੁਹਾਨੂੰ ਜੇ ਵੀਡੀਓ ਦਿਖਾ ਦਈਏ ਅਸੀਂ 6 ਮਹੀਨੇ ਪੁਰਾਣੀ ਨਹੀਂ ਫੇਰ ਤਾਂ ਮੰਨੋਂਗੇ ਦੇਖੋ ਬਾਈ ਆ ਪੈਰਾਂ ਦੇ ਹਾਲਾਤ ਤੁਸੀਂ ਦੇਖੋ ਨੌਂਾਂ ਚ ਵੀ ਗੋਹੀ ਵੜੇ ਆ ਨੌਂ ਤਾਂ ਦੱਸਦੇ ਹੀ ਨਹੀਂ ਆ ਹੱਥਾਂ ਦੇ ਹਾਲਾਤ ਦੇਖੋ ਹੋਰ ਸਿਰਾਂ ਦੇ ਸਿਰਾਂ ਦੇ ਹਾਲਾਤ ਤੁਹਾਨੂੰ ਮੈਂ ਪਹਿਲਾਂ ਹੀ ਦਿਖਾਏ ਆ ਕਿ ਗੋਹੀ ਉਰੋ ਬਾਪੂ ਉਹਨਾਂ ਦੇ ਤੁਸੀਂ ਹਾਲਾਤ ਪੈਰਾਂ ਦੇ ਦੇਖੋ ਲੱਗੂਗਾ ਪਛਾਣ ਹੀ ਨਹੀਂ ਹੋਣੀ ਆਪ ਤਾਂ ਆਪ ਚਿੱਟੇ ਪਾ ਕੇ ਦਾਗ ਨਹੀਂ ਲੱਗਣ ਦਿੰਦੇ ਕੱਪੜਿਆਂ ਤੇ ਤੇ ਇਹਨਾਂ ਦੀ ਜ਼ਿੰਦਗੀ ਅਸੀਂ ਕਿੰਨਾ ਕ ਪੈਸੇ ਬਚਾਲੇ ਹੋਣੇ ਬਾਈ ਉਹਨਾਂ ਨੇ ਕੁਝ ਅਸੀਂ ਇੰਨੇ ਕੇ ਲਾਲਚੀ ਹੋ ਗਏ ਕੁਝ ਪੈਸਿਆਂ ਪਿੱਛੇ ਇਹਨਾਂ ਬੰਦਿਆਂ ਦੀ ਅਸੀਂ ਜ਼ਿੰਦਗੀ ਖਾ ਲੀ ਇੱਕ ਪਿੰਡ ਦੇ ਵਿੱਚ ਅੱਜ ਅਸੀਂ 10 12 13 ਬੰਦੇ ਲੈ ਕੇ ਜਾ ਰਹੇ ਹਾਂ ਇੱਕੋ ਪਿੰਡ ਚ ਜਗਤਪੁਰਾ ਪਿੰਡ ਤਰਨਤਾਰਨ ਜ਼ਿਲ੍ਹਾ ਇੱਕ ਬੰਦੇ ਨੂੰ ਕਿੰਨਾ ਹੋ ਗਿਆ ਬਾਈ ਟਾਈਮ 1.5 ਮਹੀਨਾ ਉਹ ਕਿੱਥੋਂ ਆਇਆ ਕੋਈ ਇਤਰਾ ਨਹੀਂ ਤੁਰਿਆ ਫਿਰਦਾ ਨਹੀਂ ਆਪਾਂ ਫੜ ਕੇ ਲਿਆਂਦਾ ਨਹੀਂ ਇੱਥੇ ਆ ਗਿਆ ਅੱਛਾ ਚੈੱਕ ਆਪਾਂ ਕਿ ਹੁਣ ਇੱਕ ਮੁਰਗਾ ਹੋਰ ਆ ਗਿਆ ਹੈ ਦੂਜਾ ਬੰਦਾ ਦੂਜੇ ਨੂੰ ਦੋ ਸਾਲ ਦੋ ਸਾਲ ਹੋ ਗਏ ਮਹੀਨਾ ਤਾਂ ਉਹ ਉਹ ਕਿੱਥੋਂ ਲਿਆਂਦਾ ਉਹ ਵੀ ਆ ਆ ਜਿਹੜਾ ਵਾ ਇਹਨੂੰ ਰੋਡ ਤੋਂ ਲਿਆਂਦਾ ਤੁਰਿਆ ਹੋਰ ਸੀ ਦਿਖਾ ਕੇ ਦਾ ਕਾਹ ਤੋਂ ਲਿਆਂਦਾ ਕਿੰਨੇ ਸਾਲ ਹੋ ਗਏ ਇਹਨੂੰ ਦੋਸਤ ਇਹ ਗੁੰਗਾ ਇਦਾਂ ਭਾਈ ਆਪਾਂ ਕਾਹ ਤੋਂ ਇੰਨੇ ਆਪਾਂ ਜ਼ੁਲਮੀ ਹੋ ਗਏ ਕੀ ਕਰਦੇ ਅੱਗੇ ਤੋਂ ਨਹੀਂ ਕਰਦੇ ਜੋ ਹੋ ਗਿਆ ਸੋ ਗਿਆ ਹੁਣ ਇਹਨਾਂ ਦਾ ਤੁਸੀਂ ਕਿੰਨਾ ਟਾਈਮ ਕੰਮ ਕਰਵਾ ਲਿਆ ਅੱਜ ਆਸ ਕੇ ਦਿਖਾ ਦੋਂਗੇ ਲੈ ਸਾਡਾ ਕੀ ਕਰ ਲੈ ਕੇ ਬੰਦੇ ਆ ਬਾਪੂ ਦਾ ਹਾਸੇ ਰਿਆ ਸੀ ਜਦੋਂ ਕਹਿ ਰਿਹਾ ਸੀ ਮੈਨੂੰ ਕਟਦੇ ਆ ਹਾਂ ਉਹ ਗੱਲ ਤੋਂ ਬਾਪੂ ਹੱਸਿਆ ਨਹੀਂ ਹੁਣ ਕੀ ਉਹਨਾਂ ਦਾ ਵਿਚਾਰਾਂ ਦਾ ਜਿੰਨਾ ਟਾਈਮ ਕੰਮ ਕਰਵਾਇਆ ਤਨਖਾਹ ਉਹਨਾਂ ਦੀ ਉਹ ਤਾਂ ਦੇਣੀ ਪੈਣੀ ਆ ਜੇ ਉਹਨਾਂ ਦਾ ਕੁਆਰਸ ਲੱਭ ਜਾਂਦਾ ਤੇ ਨੇ ਵਾਰਸ ਤਾਂ ਉਹ ਤਾਂ ਬੰਦਾ ਇੱਕ ਤਾਂ ਬੋਲ ਰਿਹਾ ਵਾਰਸ ਲੱਭੇ ਨਾ ਲੱਭਿਆ ਕੋਈ ਬੰਦਾ ਹਾਂ ਉਹ ਬੰਦਾ ਬੰਦੋ ਬੋਲ ਰਹਾ ਤੁਹਾਡੇ ਕੰਮ ਤੁਸੀਂ ਆਪਣਾ ਦੱਸੋ 10000 ਦੇ ਹਿਸਾਬ ਨਾਲ ਇੱਕ ਦੇ 2 ਸਾਲ ਦੇ ਇੱਕ ਦੇ 1.5 ਮਹੀਨੇ ਦੇ ਤੇ ਦੂਜੇ ਨੂੰ ਕਿੰਨਾ ਸੀਗਾ ਦੋ ਹੀ ਉਹਨੂੰ ਮਹੀਨਾ ਉੱਪਰ ਚਾਰ ਸਾਲ ਤੇ ਉਹਨਾਂ ਦੇ ਦੱਸੋ ਕੀ ਕਰਨਾ ਇਹਦੇ ਪਰਿਵਾਰ ਲੱਭਦੇ ਆ ਜੇ ਤਾਂ ਮੰਨ ਲਓ ਪਰਿਵਾਰ ਅੱਧਿਆਂ ਤੇ ਤਾਂ ਮੈਲੀ ਜਾਣੇ ਜੇ ਤਾਂ ਮੰਨ ਲਓ ਪਰਿਵਾਰ ਮਿਲ ਗਿਆ ਬਾਪੂ ਠੀਕ ਆ 20 ਦਿਨਾਂ ਦੇ ਵਿੱਚ ਵਿੱਚ ਤਾਂ ਉਹ ਪੈਸੇ ਆਪਾਂ ਪਰਿਵਾਰ ਨੂੰ ਦੇ ਦੇਨੇ ਜੇ ਮੰਨ ਲਓ ਪਰਿਵਾਰ ਨਹੀਂ ਲੱਭਦਾ ਤਾਂ ਅਸੀਂ ਤੁਹਾਨੂੰ ਮਰੀਜ਼ ਦਵਾਂਗੇ ਠੀਕ ਹੈ ਤਾਂ ਕਿ ਚਲੋ ਹੁਣ ਆਪਾਂ ਤਾਂ ਕਿੰਨਾ ਪਾਪ ਕਰ ਲਿਆ ਇਹਨਾਂ ਤੇ ਠੀਕ ਹੈ ਸ਼ਾਇਦ ਆਪਣਾ ਉਹ ਪਾਪ ਕੱਟੇ ਜਾਣ ਉਹ ਪਲਾਈ ਕਰਾਉਣਾ ਤੁਹਾਡੇ ਤੋਂ ਤੁਹਾਨੂੰ ਮਰੀਜ਼ ਦੇ ਦਾਂਗੇ ਅਸੀਂ ਉੱਥੇ ਤੁਸੀਂ ਆਪੇ ਡਾਕਟਰਾਂ ਨਾਲ ਭਾਵੇਂ ਮੋਬਾਈਲ ਉਹਨਾਂ ਦੇ ਮੋਬਾਈਲ ਨੰਬਰ ਦੇ ਦਾਂਗੇ ਪਰਿਵਾਰਾਂ ਦੇ ਆਪੇ ਆਪਦੇ ਹੱਥੀ ਬੈਲ ਲੈ ਲਿਓ ਉੱਥੇ ਜਾ ਕੇ ਉਹਨਾਂ ਮਰੀਜ਼ਾਂ ਨੂੰ ਪੈਸੇ ਦੇ ਦੇਨੇ ਕਿਉਂਕਿ ਇਹਨਾਂ ਨੇ ਰਹਿਣਾ ਸਾਡੇ ਕੋਲੇ ਆ ਹੱਕ ਤਾਂ ਤੁਹਾਡਾ ਹੀ ਮੰਨਦਾ ਕਿ ਅੱਜ ਇਹਨਾਂ ਨੂੰ ਪੈਸੇ ਦਵਾਂ ਪਰ ਇਹਨਾਂ ਨੇ ਰਹਿਣਾ ਸਾਡੇ ਕੋਲੇ ਆ ਨਾ ਜੇ ਤੱਕ ਅਸੀਂ ਪੈਸਾ ਫੜਿਆ ਨਾ ਫੜਦੇ ਅਸੀਂ ਤਾਂ ਕਰਕੇ ਅਸੀਂ ਪੈਸੇ ਵਾਲੇ ਚੱਕਰ 'ਚ ਪੈਂਦੇ ਹੀ ਨਹੀਂ ਤੇ ਤੁਸੀਂ ਆਪਾ ਰੱਖ ਲੈਨੇ ਤਰੀਕ ਦੱਸ ਦੋ ਬਾਕੀ ਤੁਸੀਂ ਦੱਸੋ ਹੁਣ ਨਹੀਂ ਅਸੀਂ ਕੀ ਦੱਸਾਂਗੇ ਜੋ ਜਾਇਜ਼ ਆ ਤੁਸੀਂ ਆਖੇ ਦੱਸੋ ਜਾਇਜ਼ ਮੈਂ ਤਾਂ ਤੁਹਾਨੂੰ ਦੱਸਤਾ ਬਈ 10000 ਦੇ ਹਿਸਾਬ ਨਾਲ 10 ਬਈ ਇਹਨਾਂ ਕਿਥੋਂ ਪਤਾ ਤੁਸੀ ਦੱਸੋ ਫਿਰ ਜਾ ਦੇ ਕਰ ਦੋ ਤੁਸੀਂ ਅੱਗੇ ਜੋ ਪੰਜਾਬ ਦਾ ਜੱਤਾਂ ਦਾ ਬੰਦਾ ਰੱਖਿਆ ਇਹਨਾਂ ਨੇ ਪੁੱਛ ਲੋ ਕਿ ਐਸੇ ਰੱਖਿਆ ਹੈ ਹੈ ਇੱਕ ਬੰਦਾ ਰੱਖਿਆ ਹੈ ਉਹ ਤਾਂ ਪਤਾ ਹੀ ਆ 10000 ਤੋਂ ਘੱਟ ਤਾਂ ਬੰਦਾ ਮਿਲਦਾ ਹੀ ਨਹੀਂ ਦੱਸੋ ਤੁਸੀਂ ਅਸੀਂ ਤਾਂ ਦੱਸਤਾ ਫਿਰ ਮੈਂ ਤਾਂ ਦੱਸਤਾ ਤੁਹਾਨੂੰ ਹੁਣ ਉਹਦਾ ਡੇਢ ਮਹੀਨੇ ਦਾ ਉਹਦਾ ਮੈਨੂੰ ਲੱਗਾ ਪੌਣੇ ਪੰਜ ਪੰਜ ਪੌਣੇ ਪੰਜ ਦੇ ਨੇੜੇ ਤੇੜੇ ਬੰਦਾ ਸਾਰਾ ਪੰਜ ਪੰਜ ਜਣਾ ਉਹਦਾ ਹਾਂ ਤੁਸੀਂ ਦੱਸ ਦੋ ਹੁਣ ਤੋਈ ਕੇ ਹੈ ਨਾ ਅਸੀਂ ਤਾਂ ਜੋ ਇਨਸਾਫ ਦੇ ਸੱਥ ਨੂੰ ਦੱਸਤਾ ਸਾਰਾ ਕੁਝ ਆਪਣੇ ਕੋਲੇ ਹੈਗਾ ਇਹ ਵੀ ਹੈ ਨਹੀਂ ਆਪਾਂ ਕਹੀਏ ਹੈ ਨਹੀਂ ਗਾ ਅ ਚਾਰ ਦੀ ਤਾਂ ਮੱਝ ਹੀ ਆ ਪੰਜਾਬੀਆਂ 40 80 80 ਸਾਰੇ ਮੋਰਾ ਨਗਲ ਦੇ ਵਿੱਚ ਚਲੋ ਐਂ ਕਰੋਂ ਮੱਝਾਂ ਦੇ ਦੋ ਇਹਨਾਂ ਨੂੰ ਹੈ ਤੁਸੀਂ ਕਹਿਣਾ ਰਹਿਣ ਤੋਂ ਬਈ ਜੱਜ ਕਰ ਲੋ ਜੱਜ ਜਿੱਦਾਂ ਦਾ ਬਈ ਪਤਾ ਕੀ ਆਪਣੇ ਲੋਕ ਕੀ ਪਤਾ ਕੀ ਕਹਿਣਗੇ ਜਦੋਂ ਆਉਂਦਾ ਨਾ ਇਹਨਾਂ ਨੂੰ ਹੱਕ ਦੇਣ ਦੀ ਗੱਲ ਆਪਣੇ ਕਹਿਣਗੇ ਕਿਉਂਕਿ ਪੈੰਡ ਵਾਲੇ ਵੀ ਪੈੰਡ ਦਾ ਹੀ ਪੱਖ ਲੈਂਦੇ ਆ ਇਹਨਾਂ ਬੰਦਿਆਂ ਦਾ ਇਸ ਵਕਤ ਕੋਈ ਨਹੀਂ ਹੁੰਦਾ ਇਹਨਾਂ ਦਾ ਹੁੰਦੇ ਆਪਾਂ ਔਰ ਪੰਚਾਇਤ ਜਦੋਂ ਵੀ ਆਪਾਂ ਕਿਸੇ ਪਿੰਡ 'ਚ ਜਾਂਦੇ ਆ ਪੰਚਾਇਤ ਨੇ ਕਰਨਾ ਹੁੰਦਾ ਵਾ ਦੋਵਾਂ ਪੇ ਪ੍ਰਾਣੀਆਂ ਪੰਚਾਇਤਾਂ ਹੁੰਦੀਆਂ ਸੀ ਨਾ ਉਹ ਚਾਹੇ ਆਪ ਦਾ ਹੁੰਦਾ ਸੀ ਆਪ ਦੇ ਨੂੰ ਵੀ ਅੱਖ ਚੱਕ ਪਾ ਕੇ ਕਹਿ ਦਿੰਦੇ ਸੀ ਜੇ ਗਲਤ ਹੁੰਦਾ ਸੀ ਅੱਜ ਅਸੀਂ ਇੱਕ ਮੂਹਰੇ ਹਾਜ ਰੱਖਣ ਦੇ ਮਾਰੇ ਆਪ ਦੇ ਬੰਦੇ ਨਾਲ ਖੜ੍ਹ ਜੰਨੇ ਆ ਪਰ ਅੰਦਰ ਆਪਾਂ ਨੂੰ ਪਤਾ ਹੁੰਦਾ ਕਿ ਗਲਤ ਆਪਣੇ ਬੰਦੇ ਹੈਗੇ ਆ ਹੁਣ ਆਪਣੇ ਲੋਕੀ ਕੀ ਕਹਿਣਗੇ ਯਾਰ ਬਾਈ ਇੰਨੇ ਜੋਗੇ ਹੈ ਨਹੀਂਗੇ ਬੱਚੇ ਵੀ ਛੋਟੇ ਆ ਖਰਚੇ ਬਹੁਤ ਜ਼ਿਆਦੇ ਆ ਆਪਣੇ ਕੋਲ ਤਾਂ ਫੇਰ ਵਾਈਕਰੂ ਨੇ ਸਾਰਾ ਕੁਝ ਦਿੱਤਾ 50-50 ਪਾ ਨੂੰ ਡੰਗਰ ਦਿੱਤੇ ਆ ਉਹਨਾਂ ਵਿਚਾਰਿਆਂ ਕੋਲੇ ਤਾਂ ਕੁਝ ਵੀ ਨਹੀਂ ਉਹਦਾ ਪਤਾ ਨਹੀਂ ਉਹਨਾਂ ਦੇ ਘਰ ਦੇ ਵੀ ਵਿਚਾਰੇ ਉਜੜ ਗਏ ਹੁਣੇ ਉਹਨਾਂ ਨੂੰ ਲੱਭਦੇ ਲੱਭਦੇ ਸਮਝਦੇ ਆ ਕਿ ਨਹੀਂ ਹੁਣ ਤੁਸੀਂ ਦੱਸ ਦੋ ਤੁਸੀਂ 10000 ਦਾ ਤੇ ਕੰਮ ਹੁੰਦਾ ਨਹੀਂ ਇਹਨਾਂ ਕੋਲ ਅੱਛਾ ਧੰਨਵਾਦ ਤੁਸੀਂ ਕਿੰਨਾ ਕਹਿੰਦੇ ਆ ਤੁਸੀਂ ਮੈਂ ਉਹੀ ਤਾਂ ਪੁੱਛ ਰਿਹਾ ਤੁਸੀਂ ਦੱਸ ਦੋ 3000 ਉਹ ਕੰਮ ਉਹ ਇਨਾਂ ਨੇ ਸੱਪਾ ਕਰਦਾ ਹੀ ਕਰਨਾ ਬਾਹਰ ਤੋਂ ਤੇ ਕੰਮ ਹੁੰਦਾ ਨਹੀਂ ਨੀ ਤੇ ਘਰ ਦਾ ਹੀ ਬਾਪੂ ਮੈਂ ਕਹਿੰਦਾ ਪਸ਼ੂ ਘਰ ਚ ਪਾਈ ਆਪਣੇ ਬਾਈ ਇੱਕ ਮੱਝ ਵੀ ਆਪਾਂ ਕਹਿੰਨੇ ਨਾ ਕੰਮ ਇਹਨਾਂ ਨੇ ਇਕੱਲਾ ਕਰਦਾ ਕਰਨਾ ਦੋ ਪਸ਼ੂ ਵੀ ਘਰ ਚ ਹੋਣ ਨਾ ਬੰਦਾ ਕਦੇ ਰਿਸ਼ਤੇਦਾਰੀ ਚ 4 ਘੰਟੇ ਤੋਂ ਉੱਤੇ ਰਹਿ ਨਹੀਂ ਸਕਦਾ ਸਮਝਦੇ ਹੈ ਕਿ ਨਹੀਂ ਫਿਕਰ ਹੁੰਦੀ ਹੈ ਜਾ ਕੇ ਧਾਰਾ ਕੱਢਣੀਆਂ ਯਾਰ ਪਸ਼ੂ ਸੰਭਣੇ ਆ ਤੇ ਇੱਥੇ ਤਾਂ ਇੱਕ ਪਸ਼ੂ ਨਹੀਂ ਮੈਂ ਕਹਿੰਦਾ ਤੁਸੀਂ ਪਸ਼ੂ ਤਾਂ ਦੇਖੋ ਆਪਣੇ 50 ਪਸ਼ੂ ਆ ਪੈਸਾ ਨਾ ਹੋਵੇ ਆਪਾਂ ਸਮਝਦੇ ਨਹੀਂ ਆ ਸਾਰਾ ਕੁਝ ਵਾਹਿਗੁਰੂ ਨੇ ਦਿੱਤਾ ਫੇਰ ਵੀ ਆਪਾਂ ਨੂੰ ਵਾਹਿਗੁਰੂ ਦਾ ਡਰ ਕਿਉਂ ਨਹੀਂ ਆਪਾਂ ਕਿਉਂ ਜ਼ਲਮ ਕਰਦੇ ਆ ਜੀ ਨਾਲ ਆਸਰੇ ਜੀ ਨਾਲ ਚੱਲੀ ਜਾਂਦਾ ਸਾਡਾ ਵੀ ਇਹੀ ਤਰੀਕਾ ਨੇ ਆਸਰੇ ਜੀ ਨਾਲ ਚੱਲਣਾ ਹੁਣ ਇਹ ਭਈਆ ਹੈਗਾ ਨਾ ਇੱਕ ਪਸ਼ੂ ਖੋਲਾ ਉਹ ਤੋਂ ਵੱਜਣਾ ਖੋਲ ਕੇ ਵੱਜਣਾ ਜੀਵ ਨੇ ਇਹਨੂੰ ਖਿੱਚ ਕੇ ਲੈ ਗਿਆ ਇੱਧਰ ਆ ਗਿਆ ਉੱਧਰ ਤੇ ਫਿਰ ਰੱਖਿਆਗਾ ਤੋ ਆਪਾਂ ਉਹ ਚੱਲ ਆਸਰੇ ਦੇ ਨਾਲ ਤੁਰੇ ਰੋਟੀ ਪਾਣੀ ਖਾਜੀ ਨੇ ਮਾੜਾ ਚੰਗਾ ਆਸਰੇ ਨੇ ਬਸ ਇਹ ਤੁਹਾਡੇ ਜਵਾਬ ਸਾਰੇ ਆ ਲੋਕਾਂ ਦੇ ਕਿ ਰੱਖਿਆ ਸੀਗਾ ਜੀ ਰੋਟੀ ਖਵਾਈ ਜਾਂਦੇ ਆ ਲੈ ਰੋਟੀ ਮੈਂ ਤੁਹਾਨੂੰ ਕੀੜਿਆਂ ਵਾਲੇ 10 ਬੰਦੇ ਦੇ ਜੰਨਾ ਜਿਨ੍ਹਾਂ ਦੇ ਸਾਡੇ ਉੱਤੇ ਕੀੜੇ ਪਏ ਆ ਮੈਂ ਕਹਿੰਦਾ ਗੇਟ ਚ ਭਜਾ ਦਾਂਗੇ ਆਪਾਂ ਕਿ ਮੁਸ਼ਕਲ ਹੁੰਦਾ ਜੀ ਅਸੀਂ ਤਾਂ ਨਹੀਂ ਕੋਲੇ ਬਹਿ ਸਕਦੇ ਸਾਰੇ ਹੀ ਭਾਈ ਪਤਾ ਮੈਨੂੰ ਇਹ ਇਹਨਾਂ ਦਾ ਹੋਰ ਵੇਖ ਅਸੀਂ ਨਾ ਜਦੋਂ ਗੱਡੀਆਂ ਵੇਖ ਲੈਣੇ ਬਾਈ ਨੇ ਆਉਂਦੀਆਂ ਹੂੰ ਤੇ ਬਾਈ ਨੇ ਆ ਲਾਲ ਛੜ ਵਾਲਾ ਬੰਦਾ ਉੱਥੋਂ ਭਜਾਇਆ ਸੜਕ ਤੋਂ ਬਾਈ ਚਲੋ ਭਜਾਇਆ ਕਿ ਨਹੀਂ ਤੁਸੀਂ ਨਹੀਂ ਭਜਾਇਆ ਬਾਈ ਤੁਸੀਂ ਜੇ ਮੈਂ ਕੋਈ ਮੰਨਦਾ ਗੱਲ ਉਹ ਚਾਰ ਬੰਦੇ ਲੱਗੇ ਚਲੋ ਬਾਈ ਦਿਖਾਓ ਇਧਰ ਦੇਖ ਉਹ ਚਾਰ ਬੰਦੇ ਲੱਗੇ ਧੜੀ ਤੇ ਕੰਮ ਕਰ ਦੇਣਾ ਉਹ ਵੀ ਨਾਲ ਤਰੇ ਆਉਂਦੇ ਸੀ ਨਾ ਮੂਰੇ ਕੌਣ ਸੀ ਹੈ ਮੂਰੇ ਕਿਹੜਾ ਮੂਰੇ ਬੰਦਾ ਉਹ ਸੀ ਫੇਰ ਉਹ ਮੂਰੇ ਸੀ ਤੁਸੀਂ ਅੱਗੇ ਆਉਂਦਾ ਸੀ ਨਾ ਕਿਵੇਂ ਜਾਂਦੇ ਪਈ ਸੀ ਅਸੀਂ ਹੌਲੀ ਹੌਲੀ ਆਏ ਆ ਬਾਈ ਨੇ ਮੂਰੇ ਭੁਜਾਦਾ ਇਹ ਬਾਈ ਚਲੋ ਤੁਸੀਂ ਕੋਈ ਕਹਿ ਸਕਦੇ ਉਹਦਾ ਪਤਾ ਹੀ ਆ ਦੱਸੋ ਫੇਰ ਬਾਈ ਦੱਸਿਆ ਕਰਨ ਦੋ ਹਜ਼ਾਰ ਤੇ ਤਾਂ ਨਹੀਂ ਬੰਦਾ ਮਿਲਦਾ ਦਿਨ ਦਾ 100 ਰੁਪਿਆ ਵੀ ਨਹੀਂ ਉਹਨਾਂ ਨੂੰ ਆਇਆ ਵਿਚਾਰਿਆਂ ਨੂੰ ਤੁਸੀਂ ਮੈਨੂੰ ਬੰਦਾ ਦੇ ਦੋ ਕੋਈ 2000 ਤੇ ਕੋਈ ਵੀ ਲੱਭ ਕੇ ਜਾਏ ਕਰੋ ਤੁਸੀਂ ਸਾਡੇ ਨਾਲ ਆ ਮਹੀਨਾ ਇੱਕ ਹੀ ਸਾਡੇ ਆਸ਼ਰਮ ਚ ਲਵਾਓ ਸੇਵਾ ਤੇ ਇੱਕ ਦਿਨ ਹੀ ਆਪਣੇ ਤੋਂ ਕੱਢਿਆ ਜਾਣਾ ਬਾਈ ਨਹੀਂ ਕੱਢ ਸਕਦੇ ਨਾ ਤੇ ਉਹਨਾਂ ਵਿਚਾਰਿਆਂ ਨੇ ਤਾਂ ਆਪਦੇ ਤੁਸੀਂ ਦੇਖੋ ਚਲੋ ਥੋੜਾ ਬੰਦਾ ਨਹੀਂਗਾ ਦੂਜੇ ਆ ਕਿ ਪਤਾ ਨਹੀਂ ਜਦੋਂ ਘਰੋਂ ਆਏ ਹੋਣ ਕਿ ਕਿੱਡੇ ਕਿ ਬੰਦੇ ਹੋਣੇ ਆ ਰੱਬ ਅੱਗੇ ਅਰਦਾਸ ਕਰਦੇ ਆ ਜਿਹੜਾ ਆਪਾਂ ਇਹ ਪਾਪ ਕਰਦੇ ਨਾ ਸਾਡੇ ਬੱਚਿਆਂ ਤੇ ਨਾ ਪਵੇ ਬੰਦਾ ਕਰਦਾ ਕਿ ਇਹਦੇ ਲਈ ਬੱਚਿਆਂ ਲਈ ਕਰਦਾ ਮਾਪਿਓ ਦੀਆਂ ਕੀਤੀਆਂ ਗਲਤੀਆਂ ਪੈਂਦੀਆਂ ਬੱਚਿਆਂ ਤੇ ਔਰ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਆਪਾਂ ਨੂੰ ਸਾਰਾ ਪਤਾ ਵੀ ਆ ਇਹ ਪਾਪ ਫਿਰ ਵੀ ਆਪਾਂ ਇੱਕ ਲਾਲਚ ਇੰਨਾ ਲਾਲਚੀ ਪਤਾ ਨਹੀਂ ਆਪਣਾ ਸਾਡਾ ਮਨੋਖਾ ਇਦਾ ਕਾਹਤੋਂ ਹੋ ਗਿਆ ਅਸੀਂ ਸਰਕਾਰਾਂਾਂ ਨੂੰ ਕਹਿੰਨੇ ਆ ਜੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕਰਦੀਆਂ ਧੱਕਾ ਇੱਥੇ ਤਾਂ ਸਾਡੇ ਆਪ ਦੇ ਬੰਦੇ ਨਹੀਂ हट ਰਹੇ ਅਸੀਂ ਤਾਂ ਹੱਥ ਜੋੜ-ਜੋੜ ਬੇਨਤੀਆਂ ਕਰ-ਕਰ ਕੇ ਥੱਕ ਗਏ ਆ ਕਿ ਬਾਈ ਜੀ ਅਸੀਂ ਕੋਈ ਵੀਡੀਓ ਵੀ ਨਹੀਂ ਬਣਾਉਂਦੇ ਆ ਬੇਨਤੀ ਕਰਦੇ ਆ ਸਾਡੇ ਨੰਬਰ 985880043 ਸਾਡੇ ਕੋਲੇ ਆ ਆ ਪਾ ਕੇ ਬੰਦੇ ਛੱਡ ਜੋ ਕੋਈ ਤੁਹਾਨੂੰ ਕਿਸੇ ਦੇ ਅੱਗੇ ਨਹੀਂ ਲੈ ਕੇ ਆਵਾਂਗੇ ਤੁਹਾਨੂੰ ਪਤਾ ਬੰਦੂਆ ਮਜ਼ਦੂਰ ਐਕਟ ਦਾ 6 ਸਾਲ ਦੀ ਸਜ਼ਾ ਆਪਾਂ ਨੂੰ ਇੱਕ ਬੰਦਾ ਨਹੀਂ ਆਪਾਂ ਘਰ ਚ ਰੱਖਿਆ ਤਿੰਨ ਤਿੰਨ ਬੰਦੇ ਆਪਣੇ ਘਰ ਚ ਰੱਖੀ ਬੈਠੇ ਆ ਆਪਾਂ ਆਪਾਂ ਫੇਰ ਨਹੀਂ ਡਰਦੇ ਜਦੋਂ ਆ ਸਾਰਾ ਕੁਝ ਪਤਾ ਲੱਗ ਜਾਂਦਾ ਫੇਰ ਆਪਾਂ ਕਹਿ ਦਿੰਨੇ ਬਾਪੂ ਗਲਤੀ ਆ ਮਾਫੀ ਚੁੰਮਨੇ ਬੋਕ ਸਾਨੂੰ ਤਾਂ ਅਸੀਂ ਫੇਰ ਵੀ ਪਿਗਲ ਜਾਂਦੇ ਆ ਸਾਨੂੰ ਤਰਸ ਆ ਜਾਂਦਾ ਪਰ ਤੁਹਾਨੂੰ ਨਹੀਂ ਕਦੇ ਅੱਜ ਤੱਕ ਤਰਸਾਇਆ ਉਹਨਾਂ ਬੰਦਿਆਂ ਤੇ ਕਿ ਯਾਰ ਇੱਕ ਮੰਨ ਲਓ ਸਾਲ ਰੱਖ ਲਿਆ ਤੁਸੀਂ ਦੋ ਸਾਲ ਰੱਖ ਲਿਆ ਕਦੇ ਤਾਂ ਬੰਦਾ ਸੋਚ ਲੈਂਦਾ ਵਾ ਆਪਾਂ ਕਿ ਯਾਰ ਆਪਾਂ ਕਿਉਂ ਇੰਨਾ ਪਾਪ ਕਰਨਾ ਹੁਣ ਜੀ ਅਸੀਂ ਨਾ ਆਉਂਦੇ ਬਈ ਇੱਥੇ ਬੁੱਢੇ ਹੋ ਜਾਣਾ ਸੀ ਇਹਨਾਂ ਨੇ ਇਹ ਤਾਂ ਸੱਚ ਆ ਨਾ ਬਾਪੂ ਦਿਨ ਤੋਂ ਦਿਨ ਬੰਦਾਂ ਘੱਟਦਾ ਜਾਣਾ ਸੀ ਦਿਨ ਤੋਂ ਦਿਨ ਲੰਘਦਾ ਜਾਣਾ ਕਿਵੇਂ ਦਿਨ ਤੋਂ ਦਿਨ ਲੰਘਦਾ ਜਾਣਾ ਸੀ ਕੰਮ ਕਰੀ ਜਾਣਾ ਸੀ ਇੱਥੇ ਹਾਂ ਇੱਥੇ ਬੁੱਢੇ ਹੋ ਜਾਣਾ ਸੀਗਾ ਜਦੋਂ ਵਿਚਾਰੇ ਜਮਾ ਵਿਰਧ ਹੋ ਜਾਣੇ ਸੀਗੇ ਤੇ ਵਾਸੇ ਫਿਰ ਆਪਾਂ ਕਿਤੇ ਛੱਡਦੇ ਨਹੀਂ ਸੀਗੇ। ਹੋਰ ਆਪਾਂ ਸੇਵਾ ਤਾਂ ਇਹਨਾਂ ਦੀ ਕਰਨੀ ਨਹੀਂ ਸੀ। ਅੱਜ ਦੇ ਟਾਈਮ 'ਚ ਤਾਂ ਕੋਈ ਘਰ ਦੇ ਨੂੰ ਨਹੀਂ ਸਾਂਭਦਾ। ਬੁੜੀਆਂ ਕਹਿ ਦਿੰਦੀਆਂ ਨੌਵਾਂ ਆਉਂਦੀਆਂ ਜਦੋਂ ਕੋਈ ਸੋਹਰਾ ਬਿਮਾਰ ਹੋ ਜਾਏ ਤਾਂ ਕਿੰਨੇ ਮੁਸ਼ਕਲ ਹੁੰਦਾ ਸਾਨੂੰ ਤਾਂ। ਔਰ ਉਹਨਾਂ ਨੂੰ ਕਿਹਨੇ ਸਾਂਭਣਾ ਸੀਗਾ? ਉਹਨਾਂ ਦੇ ਤਾਂ ਹੁਣ ਵੀ ਆਪਣਾ ਚੱਲਦਾ ਹੀ ਆ ਭਾਂਡੇ ਪਹਿਲਾਂ ਹੀ ਅੱਡ ਪਏ ਹੁੰਦੇ ਆ। ਜਿਵੇਂ ਆਪਾਂ ਜਲਪੈਣੇ ਕਰੀ ਜਾਂਦੇ ਆਂ ਬਈ ਫਿਰ ਨੌਵਾਂ ਨੇ ਤਾਂ ਕਹਿਣਾ ਹੀ ਆ ਨਾ ਫਿਰ ਕੋਣ ਰੋਟੀ ਦੇਊਗਾ ਜੋ ਇਹਨਾਂ ਗਰੀਬਾਂ ਤੇ ਇੰਨਾ ਹੋਈ ਜਾਂਦਾ। ਆਪਾਂ ਠੀਕ ਆ ਅੱਜ ਜਿੰਨਾ ਟਾਈਮ ਉਹਨਾਂ ਨੇ ਮਿਹਨਤ ਕੀਤੀ ਪਰਿਵਾਰ ਆਊਗਾ ਆਪਾਂ ਉਹਨਾਂ ਨੂੰ ਪੈਸੇ ਦੇ ਦਾਂਗੇ ਪਰ ਜਿਹੜਾ ਪਰਿਵਾਰ ਦਾ ਆਪਾਂ ਵਿਛੋੜਾ ਉਹਨਾਂ ਦਾ ਪਿਆ ਨਾ ਉਹਦਾ ਪੈਸਾ ਨਾਲ ਵੀ ਨਹੀਂ ਆਪਾਂ ਭਰ ਸਕਦੇ ਉਹਦੀ ਪਰਭਾਈ ਤਾਂ ਆਪਾਂ ਕਰ ਹੀ ਨਹੀਂ ਸਕਦੇ ਕਿ ਕਿੰਨਾ ਆਪਣਾ ਬੱਚਾ ਇੱਕ ਦਿਨ ਵੀ ਆਪਣੇ ਤੋਂ ਆਪ ਨੂੰ ਫੋਨ ਹੀ ਆ ਜਾਏ ਨਾ ਕਿ ਜਵਾਕ ਘਰੇ ਨਹੀਂ ਆਇਆ ਜਾਂ ਜਵਾਕ ਆਪਾਂ ਕਹਿ ਦਈਏ ਸਾਹਮਣੇ ਖੇਢੀ ਜਾਂਦਾ ਹੋਵੇ 2 ਸਾਲ ਦਾ ਬੱਚਾ ਥੱਲੇ ਡੱਗ ਪੇ ਆਪਣਾ ਦਿਲਵਾਰ ਆ ਜਾਂਦਾ ਕਿ ਪਤਾ ਨਹੀਂ ਲੱਤ ਬਾਨਾ ਟੁੱਟ ਗਈ ਹੋਵੇ। ਔਰ ਜਿਨ੍ਹਾਂ ਨੇ ਚਿਹਰਾ ਦੇਖਿਆ ਹੀ ਨਹੀਂ ਆਪਣੇ ਬੱਚਿਆਂ ਦਾ। ਕਿਸ ਦਾ ਪਿਓ ਹੋਊਗਾ ਕਿਸ ਦਾ ਭਰਾ ਹੋਊਗਾ। ਸ਼ਾਇਦ ਰੋੜਾਂ ਤੇ ਆਪਾਂ ਘਰਾਂ 'ਚ ਫੜੀ ਬੈਠੇ ਆ ਬਾਪੂ ਲੱਭਣ ਵੀ ਇਹਨਾਂ ਨੂੰ ਆਉਂਦੇ ਹੋਣਗੇ ਨਾ ਇਹ ਬੰਦੇ ਲੱਭ ਵੀ ਨਹੀਂ ਸਕਦੇ। ਆਪਾਂ ਰੱਖੀ ਆ ਆਪਣੇ ਘਰਾਂ 'ਚ ਬੈਠੇ। ਰੋੜਾਂ ਤੇ ਫਿਰਦੇ ਹੁਣ ਆਪੇ ਰੋਟੀ ਜਿੱਥੋਂ ਖਾਂਦੇ ਆ ਖਾਈ ਜਾਵੇ। ਪਰਸੂ ਫੈਮਿਲੀ ਲੈ ਆਣਾ ਇਹ ਉਹਨਾਂ ਦਾ ਮੁੰਡਾ ਘੰਟਾ ਆਦਮ ਪਿਓ ਨੂੰ ਵੇਖੇ ਘੰਟਾ ਰੋਂਦਾ ਰਿਹਾ ਪਹਿਲਾਂ। ਉਹਦੇ ਕੋਲ 2 ਕਰੋੜ ਔਰ ਕਈ ਕੀ ਕਹਿੰਦੇ ਆ ਭਾਈ ਕਈ ਲੋਕੀ ਕਹਿਣਗੇ ਰੋਟੀ ਬਾਹਰ ਭੁੱਖੇ ਮਰਦੇ ਸੀ ਕਿ ਅਸੀਂ ਘਰੇ ਲੈ ਆਂਦੇ ਅਸੀਂ ਸੇਵਾ ਕਰ ਰਹੇ ਆ ਇਹ ਪੰਜਾਬ ਦੀ ਧਰਤੀ ਆ ਬਾਪੂ ਇੱਥੇ ਬੰਦਾ ਅੰਨ ਜ਼ਿਆਦਾ ਖਾ ਕੇ ਤਾਂ ਮਰ ਜੂਗਾ ਜ਼ਿਆਦਾ ਖਾ ਲਿਆ ਹੋਵੇ ਉਹਦੇ ਨਾਲ ਮਰ ਜੀ ਪਰ ਭੁੱਖਾ ਨਹੀਂ ਬੰਦਾ ਮਰ ਸਕਦਾ ਇਹ ਸਿਰਫ ਹੈ ਇਧਰ ਹੀ ਆ ਤੁਸੀਂ ਉਧਰ ਮੋਗ ਗਏ ਸਾਡੇ ਲੱਦੇ ਆਇਓ ਕਦੀ ਆਈ ਲੋਕੀ ਉੱਥੇ ਵੀ ਬੰਦੇ ਤੁਰੇ ਫਿਰਦੇ ਆ ਪ੍ਰਮਾਤਮਾ ਦਾ ਪੱਥਰਾਂ ਦੇ ਵਿੱਚ ਦਈ ਜਾਂਦਾ ਦੇਣ ਵਾਲਿਆਂ ਤੇ ਆਪਾਂ ਨੂੰ ਲੱਗਦਾ ਕਿ ਜਿਹੜੇ ਉਹਨੇ ਜੀ ਬਣਾ ਕੇ ਭੇਜੇ ਆ ਇਹ ਭੁੱਖੇ ਰੋਟੀ ਵੱਲੋਂ ਭੁੱਖੇ ਰਹਿ ਜਾਣਗੇ ਪੰਜਾਬ 'ਚ ਕਦੇ ਵੀ ਨਹੀਂ ਫੇਰ ਆ ਪਿੱਛੇ ਅਸੀਂ ਥੋੜੇ ਪਿੰਡ ਦੀ ਉਹ ਬਾਈ ਕੋਲ ਜਾ ਕੇ ਆਏ ਆ ਜਦੋਂ ਉਹਦੇ ਘਰੇ ਬੜੇ ਪਹਿਲਾਂ ਕਹਿੰਦਾ ਬਾਈ ਮੈਂ ਜਾਣਦਾ ਤੁਹਾਨੂੰ ਪਰ ਉਹਨੇ ਅੱਜ ਤੱਕ ਇਹ ਨਹੀਂ ਕਿਹਾ ਕਿ ਹਾਂ ਬਈ ਫੋਨ ਵੀ ਲਾ ਦਿੰਦਾ ਹੋਵੇ ਹੁਣ ਇੱਕ ਪਿੰਡ ਹੋਰ ਅਸੀਂ ਜਾ ਕੇ ਆਇਆ ਤਰਨਤਨ ਨਾਲ ਬਾਪੂ ਉਹਨਾਂ ਨੇ ਕੀ ਕੀਤਾ ਘਰ ਦੀਆਂ ਸਾਰੀਆਂ ਬੰਦੇ ਦੇ ਨਵਾਉਂਦੇ ਦੀਆਂ ਵੀਡੀਓ ਕੱਪੜੇ ਵਧੀਆ ਪਾ ਕੇ ਫੋਨ 'ਚ ਵੀਡੀਓ ਬਣਾਈ ਬੈਠੇ ਆ ਕਹਿੰਦਾ ਸੀ ਤਾਂ ਬਈਆ ਬਣਾਈ ਬੈਠੇ ਸੀ ਵੀ ਜੇ ਕੋਈ ਆਵਾਂਗੇ ਤਾਂ ਅਸੀਂ ਦਿਖਾ ਦਾਂਗੇ ਇਸ ਦਾ ਵਧੀਆ ਸਾਹਮਦੇ ਪਰ ਇਹ ਨਹੀਂ ਸੋਚਿਆ ਕਿ ਵੀਡੀਓ ਬਣਾਉਣ ਦੀ ਲੋੜ ਹੀ ਕੋਈ ਨਹੀਂ ਸਿੱਧਾ ਆਪਾਂ ਫੋਨ ਹੀ ਲਾ ਦਈਏ ਕਿ ਭਾਈ ਜੀ ਸਾਡੇ ਕੋਲ ਬੰਦਾ ਹੈਗਾ ਵਾ ਤੁਸੀਂ ਆ ਕੇ ਲੈ ਜਾ ਤੁਸੀਂ ਵੀ ਬਗਾਨੇ ਨਹੀਂ ਭਾਈ ਤੁਸੀਂ ਵੀ ਆਪਣੇ ਹੀ ਆ ਪਰ ਇੱਕ ਤੁਸੀਂ ਰਾਹ ਤੋਂ ਭਟਕ ਚੁੱਕੇ ਹੋ ਔਰ ਅਸੀਂ ਬੇਨਤੀ ਕਰਕੇ ਉਹਨਾਂ ਰਾਵਾਂ ਤੋਂ ਤੁਹਾਨੂੰ ਜਿੰਨੇ ਵੀ ਜਿਨ੍ਹਾਂ ਨੇ ਵੀ ਹਲੇ ਤੱਕ ਘਰਾਂ 'ਚ ਜਿੰਨਾ ਤੋਂ ਤਾਂ ਅਸੀਂ ਛਡਵਾ ਲਿਆ ਤੁਸੀਂ ਤਾਂ ਸਮਝ ਜੂਗੇ ਜਿਹੜੇ ਹਲੇ ਨਹੀਂ ਵੀ ਸਮਝੇ ਉਹਨਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਕੇ ਆਪਾਂ ਵਾਪਸ ਲੈ ਕੇ ਆਉਣਾ ਅਸੀਂ ਕਿੰਨੇ ਛੜਾ ਲਾਂਗੇ ਅਸੀਂ ਬਈ 20 ਛੜਾ ਲਾਂਗੇ 50 ਬੰਦਾ ਛੜਾ ਲਾਂਗੇ 100 ਛੜਾ ਲਾਂਗੇ ਪਤਾ ਨਹੀਂ ਕਿੰਨੇ ਹਜ਼ਾਰਾਂ ਬੰਦੇ ਪੰਜਾਬ ਦੇ ਵਿੱਚ ਇਦਾਂ ਇਹ ਹੈ 60 70 ਪਿੰਡ ਹੀ ਆ ਬਸ ਜਿਆਦਾ ਪਿੰਡ ਨਹੀਂ ਸਾਡੀ ਬੇਨਤੀ ਹੈ ਕਿ ਤੁਸੀਂ ਛੱਡ ਦਿਓ ਇਹਨਾਂ ਨੂੰ ਬਾਹਰ ਆਪੇ ਤੁਰਦੇ ਫਿਰਨਗੇ ਜਿੱਥੇ ਜਿਹਦੀ ਬਾਪੂ ਨੇ ਕਿਹਾ ਨਾ ਦਾਣਾ ਪਾਣੀ ਬਾਪੂ ਜਿੱਥੇ ਅਸੀਂ ਆਖੀ ਵੀ ਇਹਦੀ ਸੇਵਾ ਕਰਦੇ ਨਾ ਇਹ ਨਹੀਂ ਕਰਦੇ ਉਹ ਉਹਨਾਂ ਦੇ ਕਰਮਾਂ 'ਚ ਉਹ ਹੀ ਹੋ ਕੇ ਮੈਂ ਤੁਹਾਨੂੰ ਉਹੀ ਕਹਿੰਨਾ ਨਾ ਆਪਾਂ ਬਾਹਰ ਛੱਡਦੀ ਆ ਜਿੱਥੇ ਕਰਮ ਹੋਣਗੇ ਤੋ ਖਾਈ ਜਾਣਗੇ ਇਹ ਬਾਪੂ ਇਹ ਕਰਮ ਨਹੀਂ ਇਹ ਟੱਕਾ ਹਾਂ ਆਪਾਂ ਕਿਸੇ ਦਾ ਪੁੱਤ ਇੱਥੋਂ ਚੱਕ ਕੇ ਲੈ ਮੈਂ ਹੁਣ ਬਾਈ ਨੂੰ ਕਹਦਾ ਫੜ ਕੇ ਆ ਜਾ ਬਾਈ ਗੱਡੀ 'ਚ ਬਹਿ ਚੱਲੀਏ ਤੇ ਮੈਂ ਬਾਅਦ 'ਚ ਕਹਦਾ ਬਾਈ ਤਾ ਆਪਦੇ ਕਰਮਾਂ ਦਾ ਖਾਂਦਾ ਹੁਣ ਜਿਹੜੇ ਲੋਕੀ ਘਰੇ ਅੰਦਰ ਜਿੰਦਾ ਲਾ ਲਾ ਕੇ ਰੱਖਦੇ ਆ ਤੁਹਾਨੂੰ ਦਾ ਮੈਂ ਕਿਹਾ ਹੀ ਨਹੀਂ ਲੋਕ ਉਹਨਾਂ ਲੋਕਾਂ ਦੀ ਗੱਲ ਕਰਦੇ ਆਪਾਂ ਭਾਈ ਇਹ ਵੀ ਤੂੰ ਮੈਨੂੰ ਦੱਸ ਇਹ ਆਪਾਂ ਕਹਿ ਦਿੰਨੇ ਨਾ ਹੁਣ ਕਈ ਲੋਕ ਕੀ ਕਹਿਣਗੇ ਦੋ ਗੇੜ ਨੇ ਦੋ ਉੱਧਰ ਗੋਏ ਲੈ ਚੂੜੀ ਲੈ ਪਾਰੀਆਂ ਨੇ ਉਹ ਨੂੰ ਪੁੱਛ ਲੋ ਉਹ ਪਰਲਾ ਮਾਰਦਾ ਪਰਲਾ ਉਹਨੇ ਮਾਰਨੇ ਆ ਉਹਨੇ ਹੱਥੇ ਚ ਰੱਖਣੀਆਂ ਉਹਨੇ ਸੇਰੇ ਉੱਠ ਕੇ ਬੋਲਣੇ ਉਹ ਬੱਪੂ ਹੱਤ ਪੈ ਗਈ ਨਾ ਤੁਹਾਨੂੰ ਮੈਂ ਦੱਸਦਾ ਹੁਣ ਕਈ ਲੋਕ ਕੀ ਕਹਿਣਗੇ ਸਾਡੇ ਤਾਂ ਜੀ ਪਿੰਡ 'ਚ ਵੀ ਚਲਾ ਜਾਂਦਾ ਇ ਤੁਰਿਆ ਫਿਰਦਾ ਦੁੱਧ ਵੀ ਆਪ ਆ ਕੇ ਆਉਂਦਾ ਜਦੋਂ ਬੰਦੇ ਨੂੰ ਲੈ ਕੇ ਆਉਂਦੇ ਆ ਨਾ ਭਾਈ ਮਨੋਲ ਇੱਕ ਬੰਦਾ ਆਪਣੇ ਘਰੇ 30 ਸਾਲ ਰਹਿ ਲਿਆ ਜਦੋਂ ਉਹਨੂੰ ਲੈ ਕੇ ਆਵਾਂਗੇ 6 ਮਹੀਨੇ ਆਪਾਂ ਉਹਨੂੰ ਬਾਹਰ ਨਹੀਂ ਗੇੜ ਨੇ ਟੱਪਣ ਦੇਣਾ ਪਤਾ ਵੀ ਬੰਦਾ ਮਸਾ ਮਿਲਿਆ ਭੱਜ ਨਾ ਜਾਵੇ ਜਦੋਂ ਪਤਾ ਲੱਗ ਗਿਆ ਵੀ ਹੁਣ ਨਹੀਂ ਇਹ ਬਾਹਰ ਜਾਂਦਾ ਹੁਣ ਤਾਂ ਇੱਥੇ ਗੱਜ ਗਿਆ ਏ ਫੇਰ ਬੰਦਾ ਜਿੱਥੇ ਮਰਜੀ ਤੁਰਿਆ ਫਿਰੇ ਫੇਰ ਕੋਈ ਲੈਣ ਦੇ ਹੁਣ ਕਈ ਤਾਂ ਸਰ ਤੁਨੂੰ ਮੈਂ ਵੀਡੀਓ ਦਿਖਾ ਦੂੰਗਾ ਭਾਈ ਉੱਤੇ ਬੁੜੀਆਂ ਡੰਡਾ ਲੈ ਕੇ ਆਪ ਖੜਦੀਆਂ ਆਪ ਵੱਟ ਤੇ ਬਹਿ ਜਾਂਦੀਆਂ ਤੇ ਵੱਢੀ ਜਾਉ ਪੱਠੇ ਜਦੋਂ ਪਤਾ ਲੱਗ ਜਾਂਦਾ ਉਹ ਹੁਣ ਪੱਕੇ ਪੈਰੀ ਹੋ ਗਏ ਆ ਹੁਣ ਨਹੀਂ ਕਿਤੇ ਜਾਂਦੇ ਤੇ ਫੇਰ ਕੀ ਹੁੰਦਾ ਬਸ ਠੀਕ ਆ ਹੁਣ ਜਿੱਥੇ ਮਰਜੀ ਤੁਰਿਆ ਫਿਰੇ ਦੱਸੋ ਬਾਪੂ ਫੇਰ ਅਸੀਂ ਨਾ ਬੇਨਤੀ ਆ ਸਾਡੀ ਨਹੀਂ ਤੁਹਾਨੂੰ ਟਾਈਮ ਦਿੱਤਾ ਸੀ ਤਾਂ ਆਟ ਦੀ ਦੌਣਾ ਚੁੰਨਾ ਹੋਣਾ ਆਲਾ ਦੋ ਇੰਨੇ ਪਸ਼ੂ ਆਪਣੇ ਮੈਂ ਤਾਂ ਕਹਿੰਦਾ ਦੋ ਦੋ ਪਸ਼ੂ ਖੋਲ ਦੋ ਇਹਨਾਂ ਦੇ ਨਾਂ ਤੇ ਉਹ ਨਹੀਂ ਨੇ ਫਿਰ ਐਵੇਂ ਹੀ ਰੱਖੀ ਬੈਠੇ ਹੈ ਬਾਈ ਕੁਛ ਨਹੀਂ ਕੀ ਕਰ ਸਕਦੇ ਨਾ ਕੋਈ ਨੌਕਰੀ ਕਰ ਸਕਦੇ ਹੂੰ ਠੀਕ ਹੈ ਨਾ ਕੋਈ ਕੰਮ ਹੋ ਰਿਹਾ ਜਦ ਦੋ ਨੰਬਰ ਦਾ ਧੰਦਾ ਉਹ ਕਰਾਂਗੇ ਤੇ ਜਾਂ ਮਾੜਾ ਮੋਟਾ ਇਹ ਕਰੀ ਚੱਲਦੇ ਆ ਨਹੀਂ ਖੇਤੀ ਦੇ ਵਿੱਚ ਪੈਸਾ ਹੈ ਨਹੀਂ ਪਸ਼ੂਆਂ ਦੇ ਵਿੱਚ ਪੈਸਾ ਹੈ ਨਹੀਂ ਹੈਗਾ ਫਿਰ ਉੱਪਰਲੇ ਲੈਵਲ ਤੇ ਕੰਮ ਹੋਊਗਾ ਇਸ ਲੈਵਲ ਤੇ ਕੁਛ ਇਸ ਲੈਵਲ ਤੇ ਬਾਈ ਤੁਹਾਨੂੰ ਮੈਂ ਦੱਸਦਾ ਆਪਾਂ ਨੂੰ ਤਾਂ ਤੁਹਾਨੂੰ ਤਾਂ ਬਹੁਤ ਫਾਇਦਾ ਨੁਕਸਾਨ ਪਤਾ ਕਿਹਨੂੰ ਆ ਜਿਹਨੇ ਮੰਨ ਲਓ ਮਹੀਨੇ ਦਾ 10000 ਦੇਣਾ ਤੁਸੀਂ ਤਿੰਨ ਬੰਦੇ ਰੱਖੇ ਆ ਤੇ 30000 ਦਾ ਤਾਂ ਫਾਇਦਾ ਤੁਹਾਡਾ ਸਿੱਧਾ ਹੀ ਹੋਈ ਜਾਂਦਾ ਤੁਸੀਂ ਨਹੀਂ ਕਹਿ ਸਕਦੇ ਕਿ ਸਾਨੂੰ ਇਸ ਕੰਮ 'ਚ ਫਾਇਦਾ ਨਹੀਂ ਆਪਾਂ ਕਿਹੜਾ ਕਿਸੇ ਨੂੰ ਪੈਸੇ ਦੇਨੇ ਆ ਜਾਂ ਉੱਤੇ ਬੰਦਾ ਕੋਈ ਕੰਮ ਵਾਲਾ ਰੱਖਿਆ ਅੱਜ ਅਸੀਂ ਤੁਹਾਡੇ ਪਿੰਡੋਂ ਲੈ ਕੇ ਚੱਲੇ ਆ 11 12 ਬੰਦੇ ਲੈ ਕੇ ਚੱਲੇ ਆ ਬਾਈ ਉਹਨਾਂ ਦੇ ਘਰੇ ਤਿੰਨ ਬੰਦੇ ਰੱਖੇ ਸੀ ਇੱਕ ਰਹਿ ਰਿਹਾ ਸਵਾ ਕੁ 2 ਸਾਲ ਤੋਂ ਇੱਕ 2 ਸਾਲ ਤੋਂ ਇੱਕ ਰਹਿ ਰਿਆ ਡੇਢ 2 ਮਹੀਨੇ ਤੋਂ ਚਲੋ ਇਹਨਾਂ ਦੇ ਕਹਿਣ ਅਨੁਸਾਰ ਹੁਣ ਇਹ ਜਾਣਦੇ ਹੋ ਤਾਂ ਇਹਨਾਂ ਦੀ ਸੱਚਾਈ ਆ ਹਨਾ ਆਪਾਂ ਨੂੰ ਨਹੀਂ ਪਤਾ ਵੀ ਮਹੀਨੇ ਤੋਂ ਰਹਿੰਦਾ ਕਿ 4 ਸਾਲਾਂ ਤੋਂ ਪੰਜਾਂ ਤੋਂ ਰਹਿੰਦਾ ਜੋ ਇਹਨਾਂ ਨੇ ਕਹਿਤਾ ਆਪਾਂ ਇਹਨਾਂ ਦੀ ਜ਼ੁਬਾਨ ਤੇ ਫੁੱਲ ਚੜਾਏ ਆ ਹੁਣ ਉਹ ਬੰਦਿਆਂ ਦੀ ਮਿਹਨਤ ਦੇਣ ਦਾ ਤਾਂ ਆਪਣਾ ਹੱਕ ਹੈਗਾ ਕਿ ਪਾਣੀ ਖਾਂਦੇ ਆਏ ਆ ਬੰਦੇ ਆਪੇ ਕੋ ਠੋਕ ਕੇ ਥੋੜਾ ਗੁਲੇ ਆ ਉਹਨੂੰ ਆ ਲੈ ਕੇ ਆਏ ਆ ਜੇ ਚੱਕ ਕੇ ਲਿਆਏ ਹੁਣ ਪੁੱਛੋ ਬਾਈ ਭਾ ਕੀ ਲਿਆਇਆ ਇੱਕ ਨੂੰ ਇੱਕ ਬਾਈ ਇੱਕ ਜਿਹੜੀ ਗੱਲ ਹਾਂ ਰੋਡ ਤੋਂ ਆਇਆ ਜਿਹੜਾ ਨਾਲ ਆ ਗਿਆ ਦੱਸੋ ਆਇਆ ਆਇਆ ਜਿਹੜੇ ਦੋ ਆਪੇ ਆਇਆ ਉਹ ਆਪੇ ਕੋਈ ਰੋਟੀ ਭੁੱਖਾ ਮਾਦਾ ਆ ਜਾਂਦਾ ਰੋਟੀ ਦੇਂਦੇ ਨੇ ਬੰਦੇ ਵਾਰਾ ਕੋਈ ਕਈ ਰੋਟੇ ਦੋ ਵਾਤ ਹੋਏ ਨੇ ਕੋਈ ਗੱਲ ਤੋਂ ਕੋਈ ਗੱਲ ਤੋਂ ਹਰ ਕੋਈ ਕੀ ਗੱਲ ਹੈ ਰੋਟੀ ਖਾਣ ਨਹੀਂ ਤੁਰੇ ਫਿਰਨ ਤੋਂ ਤੁਰੇ ਫਿਰਨ ਤੋਂ ਤੁਰੇ ਫਿਰਨ ਤੋਂ ਆਪਾਂ ਨੂੰ ਕੀ ਆਂਦੇ ਆ ਆਪਾਂ ਢੱਡੋ ਜੰਮੇ ਆਪਾਂ ਨੂੰ ਫਿਕਰ ਨਹੀਂ ਫਿਕਰ ਤਾਂ ਨਹੀਂ ਕੋਈ ਹੈਗਾ ਤੁਰੇ ਫਿਰਨ ਤੋਂ ਆਪਾਂ ਨੂੰ ਕੀ ਰੋਟੀ ਪਾਣੀ ਤਾਂ ਮੈਂ ਚੰਗਾ ਦੇ ਦੂੰ ਮੈਨੂੰ ਬੰਦਾ ਦੇ ਦੂੰਗੀ ਕੋਈ ਆਪ ਦਾ ਹੈਂ ਚੱਲ ਮੇਰੇ ਨਾਲ ਫੜ ਆ ਜਾ ਚੱਲ ਬੈ ਗੱਡੀ ਚ ਹੈ ਚੱਲ ਆ ਜਾ ਅਸੀਂ ਇੱਕ ਦਿਨ ਨਹੀਂ ਬਾਈ ਕੱਟ ਸਕਦੇ ਸਾਰੇ ਬੰਦੇ ਸਾਹਮਣੇ ਤੋਂ ਹੋਰ ਕੋਣੇ ਪਾਉ ਨਹੀਂ ਸਾਹਮਣੇ ਉਹ ਵੀ ਛੱਡ ਇਹਨੂੰ ਕਿ ਸੇਵਾ ਤੇ ਸਾਡੇ ਨਾਲ ਆ ਜਾ ਕਰੀ ਜਦੋਂ ਬੰਦੇ ਛਡਾਉਣ ਜਾਂਦੇ ਆ ਇੱਕ ਘੰਟਾ ਨਹੀਂ ਨਿਕਲਣਾ ਮੇਰੇ ਗੋਡਿਆਂ ਤਾਂ ਹੀ ਤੁਹਾਡੇ ਬੰਦੇ ਲੱਤਾਂ ਲਿਬੜੀਆਂ ਗੋਏ ਨਾਲ ਗੋਡੇ ਉਹ ਸਿਰ ਚੱਕ ਚੱਕ ਕੇ ਨਾ ਬੱਠਲ ਉਹਨਾਂ ਦੇ ਸਿਰਾਂ ਦੇ ਹਾਲਾਤ ਦੇਖ ਮਾਸ ਉੱਡ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਤਰੀਕਾ 22 ਤਰੀਕ 10ਵਾਂ ਮਹੀਨਾ 2024 ਇੱਥੋਂ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਘਰ 4 ਕਿਲੋਮੀਟਰ ਇੱਥੋਂ ਗੁਰੂ ਘਰ ਆ ਦੂਰ ਹੀ ਤਾਂ ਉਹਦੇ ਨੇੜੇ ਅਸੀਂ ਪਿੰਡ ਜਗਤਪੁਰੇ ਚ ਆਏ ਹੋਏ ਸੀ ਜ਼ਿਲ੍ਹਾ ਤਰਨਤਨ ਤਹਿਸੀਲ ਤਰਨਤਨ ਸਾਨੂੰ ਪਿਛਲੇ ਕਾਫੀ ਟਾਈਮ ਤੋਂ ਪਤਾ ਲੱਗਿਆ ਸੀਗਾ ਕਿ ਬਾਈ ਜੀ ਉਹਨਾਂ ਦੇ ਘਰੇ ਤਿੰਨ ਬੰਦੇ ਬਾਈ ਉਹਨਾਂ ਦੇ ਘਰੇ ਔਰ ਜਿਹੜੇ ਆ ਦੋ ਬੰਦੇ ਆ ਬਜ਼ੁਰਗ ਬਾਪੂ ਤੇ ਇੱਕੇ ਬਾਈ ਇਹ ਇਹਨਾਂ ਦੇ ਭਰਾ ਦੇ ਘਰੇ ਪਿਛਲੇ 2-3 ਸਾਲਾਂ ਤੋਂ ਰਹਿ ਰਹੇ ਸੀਗੇ ਅੱਜ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਪ੍ਰਮਾਤਮਾ ਨੇ ਜੋ ਸਾਨੂੰ ਇਹ ਸੇਵਾ ਲਈ ਆ ਸਾਨੂੰ ਕਾਲਯੁਗੀ ਬੰਦਿਆਂ ਨੂੰ ਤਾਂ ਉਹ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਅੱਜ ਅਸੀਂ ਇਹ ਪੰਜ ਬੰਦਿਆਂ ਨੂੰ ਇੱਥੋਂ ਲੈ ਕੇ ਜਾ ਰਹੇ ਹਾਂ ਪਿੰਡ ਚੋਂ ਔਰ ਇਹਨਾਂ ਨੇ ਇਹ ਬਾਈ ਨੂੰ ਰਹਿੰਦੇ ਹੋਏ 2 ਸਾਲ ਹੋ ਗਿਆ ਉਹਨੂੰ ਮਹੀਨੇ ਕੁਝ ਕੁ ਮਹੀਨੇ ਹੋਏ ਆ ਇਹਨਾਂ ਨੂੰ ਰਹਿੰਦਿਆਂ ਨੂੰ ਵੀ ਕਈ ਕਈ ਸਾਲ ਹੋ ਗਏ ਤਾਂ ਅੱਜ ਇਹਨਾਂ ਨੂੰ ਇਸ ਪਰਿਵਾਰ ਤੋਂ ਕਹਿ ਲੋ ਅਸੀਂ ਆਪਣੇ ਆਸ਼ਰਮ ਚ ਲੈ ਕੇ ਜਾ ਰਹੇ ਹਾਂ ਪਿੰਡ ਦੌਲਤਪੁਰਾ ਜ਼ਿਲ੍ਹਾ ਮੋਗਾ ਵਿਖੇ ਤਾਂ ਇਹਨਾਂ ਦੀ ਜੋ ਵੀ ਮਿਹਨਤ ਆ ਉਹ ਬਾਈ ਉਹਨਾਂ ਨੇ 25 ਤਰੀਕ ਨੂੰ 25 ਤਰੀਕ 10ਵਾਂ ਮਹੀਨਾ 2024 ਨੂੰ 22 ਹੁਣੀ ਆਪ ਜਾ ਕੇ ਜਿੰਨੇ ਵੀ ਦੋਵੇਂ ਪਰਿਵਾਰ ਜਿੰਨੇ ਵੀ ਇਹਨਾਂ ਦੀ ਮਿਹਨਤ ਬੰਦੀ ਆ ਉਹ ਮਿਹਨਤ ਇਹਨਾਂ ਨੂੰ ਦੇ ਦਿੱਤੀ ਜਾਊਗੀ ਸਾਡਾ ਨੰਬਰ 98588 0048 ਸਾਡਾ ਜਿਹੜੇ ਇਦਾਂ ਦੇ ਪਰਿਵਾਰਾਂ ਨੇ ਬੰਦੇ ਰੱਖੇ ਆ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਗੇ ਸਾਡਾ ਫਰਜ਼ ਬਣਦਾ ਵਾ ਕਿ ਜਿਹੜੇ ਰਾਵਾਂ ਤੋਂ ਭਟਕੇ ਆ ਉਹਨਾਂ ਨੂੰ ਵਾਪਸ ਆਪਾਂ ਸਮਝਾ ਸਕੀਏ ਸਾਡਾ ਫਰਜ਼ ਇਹਨਾਂ ਨੂੰ ਅਸੀਂ ਸਮਝਾਉਣ ਆਉਨੇ ਆ ਕਿ ਜਿਹੜੀ ਆਪਾਂ ਇਹ ਗਲਤੀ ਕਰਦੇ ਆ ਇਹ ਸਾਨੂੰ ਪੰਜਾਬੀਆਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਕਿ ਕਿਸੇ ਦੇ ਬੱਚਿਆਂ ਨੂੰ ਕਿਸੇ ਦੇ ਬਜ਼ੁਰਗਾਂ ਨੂੰ ਆਪਾਂ ਘਰਾਂ 'ਚ ਫੜ ਕੇ ਰੱਖ ਲਈਏ ਔਰ ਉਹਨਾਂ ਤੋਂ ਦੋ-ਦੋ ਪੰਜ-ਪੰਜ ਸਾਲ ਘਰਾਂ 'ਚ ਫੜ ਕੇ ਕੰਮ ਹੀ ਕਰਵਾਈ ਜਾਈਏ ਤੇ ਜਿਹੜੇ ਪਰਿਵਾਰ ਗਲਤੀ ਹਰ ਬੰਦੇ ਤੋਂ ਹੋ ਜਾਂਦੀ ਆ ਪਰ ਜਿਹੜੇ ਬੰਦੇ ਗਲਤੀ ਮੰਨ ਲੈਣ ਤਾਂ ਉਹ ਸਭ ਤੋਂ ਵਧੀਆ ਗੱਲ ਆ ਪਰ ਗਲਤੀ ਹੁੰਦੇ ਹੋਏ ਫੇਰ ਗਲਤੀ ਨੂੰ ਛੁਪਾਉਣਾ ਔਰ ਕਹਿਣਾ ਕਿ ਇਸ ਤੈਨਾਂ ਨਾਲ ਤੱਕਾ ਕੀਤਾ ਹੀ ਨਹੀਂ ਉਹ ਬਹੁਤ ਵੱਡਾ ਪਾਪ ਆ ਤਾਂ ਬਾਈ ਕਿਦਾਂ ਮਹਿਸੂਸ ਕਰਦੇ ਹੋ ਤੁਸੀਂ ਕਿ ਨਹੀਂ ਰੱਖਣਾ ਚਾਹੀਦਾ ਸਿੱਧਾ ਸਹੀ ਗੱਲ ਬਾਈ ਉਹਨਾਂ ਨੇ ਮਹਿਸੂਸ ਇਹਨਾਂ ਨੂੰ ਅੱਜ ਹੋ ਰਿਹਾ ਵਾ ਪਰ ਚਲੋ ਚਾਹੀਦਾ ਤਾਂ ਸੀਗਾ ਕਿ ਥੋੜਾ ਟਾਈਮ ਪਹਿਲਾਂ ਹੋ ਜਾਂਦਾ ਪਰ ਜਦੋਂ ਕਹਿੰਦੇ ਜਾਗੋ ਉਦੋਂ ਹੀ ਸਵੇਰਾ ਤੇ ਅੱਜ ਬਾਈ ਉਹਨਾਂ ਨੇ ਆਪਣੀ ਗਲਤੀ ਮੰਨਦੇ ਹੋਏ ਤਾਂ ਇਹਨਾਂ ਦੀ ਜਿੰਨੀ ਮਿਹਨਤ ਬੰਦ ਦੀ ਆ ਦੋ ਦਿਨਾਂ ਬਾਅਦ ਇਹਨਾਂ ਨੂੰ ਸਾਰੀ ਮਿਹਨਤ ਵੀ ਦੇ ਦਿੱਤੀ ਜਾਊਗੀ ਤਾਂ ਹੱਥ ਜੋੜ ਕੇ ਬੇਨਤੀ ਇਹ ਆ ਕਿ ਸਾਡਾ ਜਿਹੜਾ ਮੇਨ ਫਰਜ ਆ ਇਹਨਾਂ ਨੂੰ ਆਪਦੇ ਕੋਲ ਰੱਖਣਾ ਨਹੀਂਗਾ ਸਾਡਾ ਜਿਹੜਾ ਮਕਸਦ ਆ ਉਹ ਇਹਨਾਂ ਰੂਹਾਂ ਨੂੰ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣਾ ਵਾ ਤੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰੋ ਵਿੱਚ ਕੁਝ ਕੁ ਬੰਦੇ ਥੋੜਾ ਬਹੁਤਾ ਬੋਲ ਰਹੇ ਆ ਚਲੋ ਨਾਲ ਆਸ਼ਰਮ ਤੇ ਜਾਣਗੇ 2 ਘੰਟੇ ਚ ਸਾਰਾ ਕੁਝ ਦੱਸਾਂ ਪਰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੀਡੀਓ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚੇ ਤੇ ਇਹਨਾਂ ਨੂੰ ਆਪਾਂ ਇਹਨਾਂ ਦੇ ਪਰਿਵਾਰਾਂ ਵਿੱਚ ਪਹੁੰਚਾ ਸਕੀਏ ਪਤਾ ਨਹੀਂ ਕਿੰਨੇ ਟਾਈਮ ਤੋਂ ਵਿਛੜੇ ਹੋਣਗੇ ਕੀ ਹਾਲਾਤਾਂ ਦੇ ਵਿੱਚ ਅਜੇ ਇਹਨਾਂ ਦੇ ਪਰਿਵਾਰ ਹੋਣਗੇ ਤਾਂ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਪਰਿਵਾਰ ਮਿਲਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਸਾਡਾ ਮਕਸਦ ਇਹ ਹੁੰਦਾ ਕਿ ਜਿੰਨਾ ਪਰਿਵਾਰਾਂ ਕੋਲੋਂ ਇਹਨਾਂ ਵੀਰਾਂ ਨੂੰ ਅਸੀਂ ਇਹ ਆਜ਼ਾਦੀ ਦਿਵਾ ਕੇ ਲਿਆਏ ਆ ਜਾਂ ਕਹਿ ਲੋ ਕਿ ਇਹਨਾਂ ਤੋਂ ਅੱਜ ਕਹਿ ਲੋ ਜਿਨ੍ਹਾਂ ਨੇ ਲੋਕਾਂ ਨੇ ਇਹਨਾਂ ਰੱਬੀ ਰੂਹਾਂ ਨੂੰ ਬੰਦੀ ਬਣਾ ਕੇ ਰੱਖਿਆ ਸੀਗਾ ਸਾਡਾ ਫਰਜ਼ ਉਹਨਾਂ ਨਾਲ ਲੜਨ ਦਾ ਜਾਂ ਕੋਈ ਵੈਰ ਵਿਰੋਧ ਦਾ ਨਹੀਂ ਹੁੰਦਾ ਸਾਡਾ ਮਕਸਦ ਸਿਰਫ ਇੱਕ ਇਨਸਾਨੀਅਤ ਦੇ ਤੌਰ ਤੇ ਆ ਜੋ ਵਾਹਿਗੁਰੂ ਨੇ ਸੇਵਾ ਲਈ ਆ ਕਿ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਇਹਨਾਂ ਰੱਬੀ ਰੂਹਾਂ ਤੇ ਜ਼ੁਲਮ ਕਰ ਰਹੇ ਆ ਉਹਨਾਂ ਨੂੰ ਆਪਾਂ ਸਮਝਾ ਸਕੀਏ ਕਿ ਸਾਡੇ ਕਰਤਾਰ ਕੀ ਸੀਗੀ ਅਸਲ ਚ ਔਰ ਅਸੀਂ ਕੁਝ ਲਾਲਚ ਦੇ ਪਿੱਛੇ ਲੱਗ ਕੇ ਸਿਰਫ ਥੋੜਾ ਜਿਹਾ ਅੱਜ ਅਸੀਂ ਕਿਹੜੇ ਰਾਵਾਂ ਤੇ ਪੈ ਗਏ ਆ ਔਰ ਉਹਦਾ ਮੇਨ ਕਾਰਨ ਦੱਸਦਾ ਸਾਡਾ ਮੇਨ ਮਕਸਦ ਕਿਸੇ ਦੀ ਵੀਡੀਓ ਪਾ ਕੇ ਵਾਇਰਲ ਕਰਨਾ ਨਹੀਂ ਹੁੰਦਾ ਹੁਣ ਇਹ ਬਾਈ ਨੂੰ ਤੁਸੀਂ ਦੇਖ ਸਕਦੇ ਆ ਇਹ ਪਿੰਡ ਭਗਵਾਨਪੁਰੇ ਚ ਇਸ ਬਾਈ ਨੂੰ ਕਿਸੇ ਨੇ ਫੜ ਕੇ ਰੱਖਿਆ ਸੀਗਾ 10 ਕ ਮਹੀਨਿਆਂ ਤੋਂ ਕਿਸੇ ਨੇ ਆਪਣੇ ਘਰ ਚ ਰੱਖਿਆ ਸੀਗਾ ਇਹਨੂੰ ਕੋਈ ਸੰਗਲ ਆ ਕੇ ਰੱਖਦਾ ਸੀਗਾ ਉਥੋਂ ਇਹ ਭੱਜ ਕੇ ਤਾਂ ਭਗਵਾਨਪੁਰ ਪਿੰਡ ਚ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਲੰਗਰ ਲੱਗਿਆ ਸੀਗਾ ਉਹ ਲੰਗਰ ਦੇ ਵਿੱਚ ਰੋਟੀ ਖਾਣ ਉੱਥੇ ਰੁਕਿਆ ਜਦੋਂ ਰੋਟੀ ਖਾਣ ਰੁਕਿਆ ਤੋ ਤੁ ਕਿਸੇ ਬੰਦੇ ਨੇ ਇਹਨੂੰ ਫੜ ਕੇ ਚੱਲ ਯਾਰ ਤੈਨੂੰ ਮੈਂ ਆਪਦੇ ਘਰੇ ਲੈ ਜਾਣਾ ਉੱਥੇ ਤੋਂ ਮੇਰੇ ਨਾਲੇ ਕੰਮ ਕਰ ਲੈ ਨਾਲੇ ਤੈਨੂੰ ਮੈਂ ਰੋਟੀ ਦੇਈ ਜਾਂ ਤਾਂ ਉਹ ਬੰਦਿਆ ਨੇ ਮਾਫੀ ਵੀ ਮੰਗੀ ਔਰ ਉਹਨਾਂ ਨੇ ਬੇਨਤੀ ਕੀਤੀ ਕਿ ਬਾਈ ਸਾਡੀ ਵੀਡੀਓ ਨਾ ਪਾਇਓ ਇਹਦਾ ਪਰਿਵਾਰ ਮਿਲਣ ਤੋਂ ਬਾਅਦ ਜੋ ਵੀ ਇਹਦਾ ਖਰਚਾ ਹੋਊਗਾ ਅਸੀਂ ਤੁਹਾਨੂੰ ਸਾਰਾ ਦੇ ਦਾਂਗੇ ਅਸੀਂ ਹੱਥ ਜੋੜ ਕੇ ਆਪਣੀ ਗਲਤੀ ਮੰਨਦੇ ਆ ਕਿ ਅਸੀਂ ਇਹ ਭੁੱਲ ਕੀਤੀ ਆ ਤਾਂ ਅਸੀਂ ਉਸ ਪਰਿਵਾਰ ਦੀ ਵੀਡੀਓ ਅੱਗੇ ਕੈਮਰੇ ਅੱਗੇ ਨਹੀਂ ਪਾ ਰਹੇ ਪਰ ਇਹ ਬਾਈ ਆਪਣਾ ਦਿੱਲੀ ਦਾ ਐਡਰੈਸ ਦੱਸ ਰਿਹਾ ਵਾ ਤੁਸੀਂ ਵੀ ਇਹ ਗਲਤੀਆਂ ਆਪਣੀਆਂ ਸੁਧਾਰਨੀਆਂ ਚਾਹੁੰਦੇ ਹੋ ਕਿਸੇ ਨੇ ਕੋਈ ਬੰਦੇ ਆਪਣੇ ਘਰਾਂ 'ਚ ਬੈਠੇ ਐ ਡਰੈਸ ਦੱਸ ਰਹੇ ਆ ਤੁਸੀਂ ਫੇਰ ਵੀ ਉਹਨਾਂ ਨੂੰ ਘਰਾਂ 'ਚ ਸਿਰਫ ਇੱਕ ਕੁਝ ਲਾਲਚ ਦੇ ਕਰਕੇ ਕਿ ਮਹੀਨੇ ਦਾ 5-10000 ਬਚਾ ਲਿਆ ਕਰਾਂਗੇ ਆਪਾਂ ਕਿਸੇ ਦਾ ਪੁੱਤ ਆਪਣੇ ਘਰ 'ਚ ਫੜ ਕੇ ਰੱਖੀ ਬੈਠੇ ਆ ਕਿਸੇ ਦੇ ਘਰ ਵਾਲਾ ਕਿਸੇ ਦਾ ਭਰਾ ਤੁਸੀਂ ਆਪਣੇ ਘਰਾਂ 'ਚ ਬੰਦੀ ਬਣਾ ਕੇ ਰੱਖਿਆ ਕੁਝ ਲਾਲਚਾ ਕਰਕੇ ਅਸੀਂ ਅੱਜ ਮਤਲਬ ਹੀ ਹੋ ਗਏ ਆ ਕਿ ਅਸੀਂ ਕਿਸੇ ਦਾ ਜਵਾਨ ਪੁੱਤ ਘਰ 'ਚ ਫੜ ਕੇ ਉਹਦੀ ਜਵਾਨੀ ਵੀ ਰੋਲ ਦਿੰਨੇ ਆ ਉਹਦਾ ਬੁਢਾਪਾ ਵੀ ਖਤਮ ਕਰ ਦਿੰਨੇ ਆ ਔਰ ਜਦੋਂ ਬੰਦਾ ਬੁਢਾਪੇ 'ਚ ਲਾਸਟ ਸਟੇਜ ਆ ਜਾਂਦੀ ਆ ਪਤਾ ਹੁੰਦਾ ਕਿ ਹੁਣੇ ਕੰਮ ਕਰਨ ਤੇ ਲੈਕ ਨਹੀਂ ਰਿਹਾ ਤਾਂ ਫੇਰ ਉਹਨੂੰ ਕਿਤੇ ਖਾਲੀ ਥਾਂ 'ਚ ਸੈੱਟ ਆਉ ਇਹ ਸਾਡੇ ਕਿਰਦਾਰ ਲੋਕਾਂ ਦੇ ਹੋ ਗਏ ਅੱਜਕੱਲ ਪਰ ਸਾਡੇ ਕਿਰਦਾਰ ਨਹੀਂ ਬਈ ਇਹ ਪੰਜਾਬ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਡੇ ਇੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਇਸ ਧਰਤੀ ਤੇ ਤੇ ਕੁਝ ਲੋਕਾਂ ਕਰਕੇ ਤੁਸੀਂ ਇਸ ਪੰਜਾਬ ਦੀ ਧਰਤੀ ਨੂੰ ਬਦਨਾਮ ਨਾ ਕਰੋ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਜਿਹੜਾ ਇੱਕ ਬੰਦਾ ਗਲਤੀ ਕਰਦਾ ਨਾ ਗਲਤੀ ਸਿਰਫ ਉਹਦੀ ਹੁੰਦੀ ਆ ਪਰ ਲੋਕਾਂ ਨੂੰ ਇਹ ਲੱਗਦਾ ਹੁੰਦਾ ਉਹ ਏਰੀਆ 'ਚ ਸ਼ਾਇਦ ਸਾਰੇ ਲੋਕ ਹੀ ਇਦਾਂ ਦੇ ਹੋਣਗੇ ਪਰ ਸਾਰੇ ਨਹੀਂ ਹੁੰਦੇ ਬਹੁਤ ਚੰਗੇ ਭਰਾ ਵੀ ਉਸ ਏਰੀਆ 'ਚ ਹੈਗੇ ਆ ਜਿਹੜੇ ਸਾਨੂੰ ਵੀਡੀਓ ਬਣਾ ਕੇ ਭੇਜਦੇ ਆ ਇਹ ਬਾਈ ਆਪਣਾ ਦਿੱਲੀ ਦਾ ਐਡਰੈਸ ਦੱਸ ਰਿਹਾ ਇੱਕ ਇਨਸਾਨ ਦਾ ਜਨਮ ਬਾਈ 84 ਲੱਖ ਜੂਨ ਤੋਂ ਬਾਅਦ ਇਨਸਾਨ ਇਸ ਦੁਨੀਆ ਤੇ ਆਉਂਦਾ ਪਰ ਉਹ ਜਿਹੜੀ ਇੱਕ ਕਹਿ ਲਓ ਜੂਨ ਪਰਮਾਤਮਾ ਨੇ ਸਾਨੂੰ ਸਭ ਤੋਂ ਕੀਮਤੀ ਜੂਨ ਇਨਸਾਨ ਦੀ ਦਿੱਤੀ ਹੁੰਦੀ ਆ ਅਸੀਂ ਉਹ ਜੂਨ ਵੀ ਇਨ੍ਹਾਂ ਲੋਕਾਂ ਨੂੰ ਜੀਣ ਨਹੀਂ ਦਿੰਦੇ ਇਹ ਜਿਸ ਦਿਨ ਆਪਣੇ ਘਰ ਤੋਂ ਆਏ ਹੋਣਗੇ ਹੋ ਸਕਦਾ ਮੈਂਟਲੀ ਕਈ ਹੁੰਦੇ ਆ ਪਰ ਸਾਰੇ ਨਹੀਂ ਹੁੰਦੇ ਅਸੀਂ ਇੱਥੇ ਮੱਝਾਂ ਲਈ ਟੀਕੇ ਲਾ ਲਾ ਕੇ ਇਹਨਾਂ ਲੋਕਾਂ ਨੂੰ ਮੈਂਟਲ ਕੀਤਾ ਜਾਂਦਾ 10-10000 ਦੇ ਵਿੱਚ ਪਸ਼ੂਆਂ ਵਾਂਗੂ ਬੰਦਿਆਂ ਨੂੰ ਵੇਚਿਆ ਜਾਂਦਾ ਇਹ ਤੰਦਾ ਹੋ ਰਿਹਾ ਅਖਬਾਰਾਂ ਤੇ ਤੁਹਾਨੂੰ ਅਸੀਂ ਖਬਰਾਂ ਵੀ ਦਿਖਾ ਦਾਂਗੇ ਲੱਗੀਆਂ ਕਿ ਪੰਜਾਬ ਦੇ ਵਿੱਚ 10-10000 ਚ ਬੰਦੇ ਵੇਚੇ ਜਾ ਰਹੇ ਆ ਔਰ ਕਿੱਦਾਂ ਅਸੀਂ ਵੱਡਾ ਕਿਰਦਾਰ ਸਿਰਜ ਰਹੇ ਆ ਪੰਜਾਬ ਦਾ ਸਾਡੀ ਬੇਨਤੀ ਆ ਜੇ ਤੁਹਾਡੇ ਕੋਲ ਵੀ ਆ ਪਿੱਛੇ ਤੁਸੀਂ ਬਾਈ ਸਾਰੇ ਦੇਖ ਰਹੇ ਆ ਔਰੇ ਹਲੇ ਆਪਣਾ ਡਰੈਸ ਨਹੀਂ ਦੱਸ ਰਹੇ ਤਾਂ ਵੀਡੀਓ ਇੱਕ ਸਾਰਿਆਂ ਦੀ ਗਗਨ ਬਾਈ ਨੇੜੇ ਕਰਕੇ ਦਿਖਾਦੀ ਇਹ ਬਾਈ ਨੂੰ ਵੀ ਅਸੀਂ ਅੱਜ ਜਗਤਪੁਰੇ ਪਿੰਡ ਤੋਂ ਲੈ ਕੇ ਆਏ ਆ ਇਸ ਵੀਰ ਨੂੰ ਵੀ ਔਰ ਇਹਦੀ ਵੀਡੀਓ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਕੇ ਬਾਈ ਸੀਗਾ ਔਰ ਇਹਦੀ ਉਮਰ ਬਡਾਪੇ ਚ ਹੁਣ ਬੰਦਾ ਆ ਗਿਆ ਔਰ ਹਲੇ ਵੀ ਉਹਨਾਂ ਲੋਕਾਂ ਨੂੰ ਸ਼ਰਮ ਨਹੀਂ 15 ਸਾਲ ਤੋਂ ਇਸ ਬਾਈ ਨੂੰ 15 ਸਾਲ ਤੋਂ ਇਸ ਬਜ਼ੁਰਗ ਨੂੰ ਇੱਕ ਜ਼ਿੰਮੇਵਾਰ ਪਰਿਵਾਰ ਨੇ ਇਹ ਕੇਸ ਬਾਈ ਨੂੰ ਇਹ ਕੇ ਨੂੰ 50 ਪਸ਼ੂਆਂ ਦਾ ਗੋਆ ਇਹ ਦੋਵੇਂ ਬੰਦੇ ਸੱਟਦੇ ਸੀਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਸਾਰੇ ਰੱਬੀ ਰੋਹਾਂ ਦੇ ਆ ਬਾਪੂ ਦੀ ਤੁਸੀਂ ਉਮਰ ਦੇਖੋ ਬਈ ਕਿ ਉਹ ਚੱਜ ਨਾਲ ਤੁਰ ਵੀ ਨਹੀਂ ਸਕਦਾ ਫੇਰ ਵੀ 35 ਤੋਂ 40 ਮੱਝਾਂ ਦਾ ਇਹ ਗੋਆ ਚੱਕਦਾ ਸੀ ਇਹ ਬਹੁਤ ਦੁੱਖ ਦੀ ਗੱਲ ਆ ਕਿ ਸਾਡੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਅਤਿਆਚਾਰ ਹੋ ਰਿਹਾ ਸਾਡੀ ਦੋਵੇਂ ਹੱਥ ਜੋੜ ਕੇ ਬੇਨਤੀ ਆ ਬਈ ਸਿਆਲ ਦਾ ਮੌਸਮ ਆਉਣ ਆਲਾ ਵਾ ਠੰਡ ਬਹੁਤ ਜ਼ਿਆਦਾ ਹੋ ਜਾਂਦੀ ਆ ਦਸੰਬਰ ਜਨਵਰੀ ਦੇ ਮਹੀਨਿਆਂ ਚ ਤਾਂ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਕੋਈ ਵੀ ਸਾਡਾ ਬਜ਼ੁਰਗ ਬਾਪੂ ਜਾਂ ਸਾਡੀ ਮਾਂ ਸੜਕਾਂ ਤੇ ਰੁੱਲਦੀ ਫਿਰੇ ਕਿ ਜਿਹੜੀ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਇਦਾਂ ਦਾ ਪੰਜਾਬੀ ਭੈਣ ਭਰਾ ਮਿਲਦਾ ਵਾ ਕਿ ਕਿਸੇ ਦੀ ਲੱਤ ਬਾਹਾਂ ਟੁੱਟੀ ਕਿਸ ਦੇ ਕੀੜੇ ਪਏ ਆ ਔਰ ਇੱਕ ਵਕਤ ਦੀ ਮਾਰ ਉਹਨਾਂ ਤੇ ਪਈ ਵੀ ਆ ਦੁਨੀਆਂ ਦੇ ਵਿੱਚ ਉਹ ਇਕੱਲੇ ਰਹਿ ਚੁੱਕੇ ਆ ਉਹਨਾਂ ਦਾ ਕੋਈ ਸਹਾਰਾ ਨਹੀਂ ਕੋ ਬੇਸਹਾਰਾ ਇਸ ਦੁਨੀਆਂ ਤੋਂ ਹੋ ਚੁੱਕੇ ਆ ਉਹਨਾਂ ਦੇ ਆਪਣਿਆਂ ਨੇ ਉਹਨਾਂ ਦਾ ਸਾਥ ਛੱਡ ਤਾ ਘਰੋਂ ਕੱਢ ਦਿੰਦੇ ਆ ਜਦੋਂ ਬੱਚੇ ਜਵਾਨ ਹੁੰਦੇ ਕਈ ਮਾ ਪਿਓਾਂ ਨੂੰ ਔਰ ਉਹਨਾਂ ਦਾ ਕਹਿ ਲੋ ਕਿ ਕਿੱਕ ਬਡਾਪੇ ਦੇ ਵਿੱਚ ਮਾਪਿਆਂ ਨੂੰ ਸਭ ਤੋਂ ਵੱਡੀ ਆਸ ਹੁੰਦੀ ਆ ਕਿ ਪੁੱਤ ਹਣੋਂ ਮੰਜੇ ਤੇ ਬਿਠਾ ਕੇ ਰੋਟੀ ਖਾਊਗਾ ਪਰ ਕਈ ਵਾਰ ਬੁਸ਼ਰਮ ਪੋਤਕ ਪੋਤ ਹੋ ਜਾਂਦੇ ਆ ਸਾਡੇ ਬਹੁਤ ਸਾਰੇ ਬਜ਼ੁਰਗ ਸਾਡੇ ਕੋਲੇ ਇਦਾਂ ਦੀਆਂ ਵੀਡੀਓ ਆਉਂਦੀਆਂ ਜਿਹੜੇ ਵਿਚਾਰੇ ਸੜਕਾਂ ਤੇ ਰੋਲ ਰਹੇ ਆ ਔਰ ਉਹਨਾਂ ਦੀ ਠੰਡ ਦੇ ਵਿੱਚ ਇੱਕ ਚੰਗਾ ਕੋਈ ਟਿਕਾਣਾ ਨਾ ਮਿਲਣ ਦੇ ਕਾਰਨ ਠੰਡ ਚੋਂ ਤੜਫ ਤੜਫ ਕੇ ਮੌਤ ਹੋ ਜਾਂਦੀ ਤਾਂ ਅਸੀਂ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ ਕਿਸੇ ਦੀ ਜਾਨ ਇਦਾਂ ਨਿਕਲੇ ਇਹ ਜਿਹੜੀ ਇੱਕ ਕਹਿ ਲਓ ਇਹ ਆਸ਼ਰਮ ਇਹ ਸਾਡਾ ਨਹੀਂਗਾ ਉਹ ਵਾਈ ਗੁਰੂ ਦਾ ਇਹ ਉਹਨਾਂ ਰੂਹਾਂ ਦਾ ਵਾ ਕਿ ਜਿਹੜੀਆਂ ਇੱਥੇ ਆ ਕੇ ਰਹਿਣ ਗਈਆਂ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਸਾਡੇ ਤੋਂ ਇਹ ਸੇਵਾ ਇਦਾਂ ਹੀ ਲੈਂਦਿਆ ਰਵੇ ਸਾਡਾ ਨੰਬਰ 9858 0048 ਜੇ ਤੁਹਾਡੇ ਕੋਲੇ ਵੀ ਕੋਈ ਇਦਾਂ ਦਾ ਕੇਸ ਹੈਗਾ ਵਾ ਕਿ ਕਿਸੇ ਨੂੰ ਘਰ ਦੇ ਵਿੱਚ ਫੜ ਕੇ ਰੱਖਿਆ ਹੋਇਆ ਵਾ ਬੰਦੀ ਬਣਾ ਕੇ ਰੱਖਿਆ ਗਿਆ ਉਹਦੇ ਤੇ ਜ਼ੁਲਮ ਕੀਤਾ ਜਾਂਦਾ ਵਾ ਤਾਂ ਸਾਨੂੰ ਤੁਸੀਂ ਬਈ ਫੋਨ ਨਹੀਂ ਕਰਨਾ ਉਸ ਪ੍ਰਵਾਹ ਉਸ ਵੀਡੀਓ ਬਣਾ ਕੇ ਉਹਨਾਂ ਬੰਦਿਆਂ ਦੀ ਉਹਨਾਂ ਦੇ ਪਿੰਡ ਦਾ ਨਾਮ ਤਹਿਸੀਲ ਜ਼ਿਲ੍ਹਾ ਤੇ ਸਾਰਾ ਐਡਰੈਸ ਸਾਨੂੰ ਵਟਸਐਪ ਤੇ ਕਰੋ ਜਾਂ ਸਾਡੇ ਨਾਲ ਕੋਈ ਭੈਣ ਭਰਾ ਸੇਵਾ ਤੇ ਜਾਣਾ ਚਾਹੁੰਦਾ ਕਿ ਵੀਰੇ ਜੇਦੋਂ ਤੁਸੀਂ ਅਟਾਰੀ ਜਾਂ ਅੰਬਰਸਰ ਜਾਂ ਪਠਾਨਕੋਟ ਗੁਰਦਾਸਪੁਰ ਦੇ ਅਸੀਂ ਰਹਿਣ ਵਾਲੇ ਆ ਔਰ ਉਹ ਏਰੀਆ ਦੇ ਵਿੱਚ ਤੁਸੀਂ ਸਾਨੂੰ ਮੈਸੇਜ ਕਰੋ ਕਿ ਅਸੀਂ ਇਹ ਸ਼ਹਿਰਾਂ ਦੇ ਰਹਿਣ ਵਾਲੇ ਆ ਔਰ ਅਸੀਂ ਤੁਹਾਡੇ ਨਾਲ ਜਾ ਕੇ ਸੇਵਾ ਕਰਨੀ ਚਾਹੁੰਦੇ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਆ ਤਾਂ ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਦੇਵੇ ਬਾਈ ਪ੍ਰਮਾਤਮਾ ਤੁਹਾਡੇ ਸਦਾ ਅੰਗ ਸੰਗ ਸਹਾਈ ਰਵੇ ਭਾਵੇਂ ਤੁਸੀਂ ਸਾਡੀਆਂ ਵੀਡੀਓ ਸ਼ੇਅਰ ਕਰਦੇ ਹੋ ਜਾਂ